ਮੱਲੇ ਚ ਪਾਣੀ ਤੇ ਕੋਈ ਨਹੀਂ ਬੰਦਾ ਭੱਜ ਕੇ ਉੱਥੋਂ ਹੋ ਜਾਵੇ। ਉਹ ਬਾਣਾ ਭਾਈ ਸਲਵਾਰ ਖਰਾਬ ਹੋ ਜਾਣੀ ਅੰਦਰ ਜਾਣ ਦੇ। ਤਬੀਅਤ ਖਰਾਬ ਹੈ ਮੇਰੀ, ਮੈਨੂੰ ਅੰਦਰ ਜਾਣ ਦੇ। ਨਸੀ ਨਹੀਂ, ਇਹਨੇ ਮਾਰੀ ਹੈ ਬਗੈਰਤ ਨੇ। ਜਿੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਪੈਦਾ ਹੋਇਆ ਜੀ। ਮੇਰੇ ਮਗਰੋਂ ਲਾਇਆ ਉਹ ਗਿੱਠ ਮੁਠੀਏ, ਉਹ ਕਿਉਂ ਮੇਰੀ ਜ਼ਿੰਦਗੀ ਖਰਾਬ ਕਰਨ ਆ ਗਿਆ ਨਲੈਕਾ। ਅੱਬਾ ਹਾਂਜੀ, ਮੇਰਾ ਵਿਆਹ ਕਰ ਦੇ। ਵਿਆਹ ਉਹਦਾ ਦੇ ਹੁੰਦੇ ਜਿਹੜੇ ਕਮਾਊ ਹੁੰਦੇ, ਤੂੰ ਨਖੱਟੂ ਪੂਰੇ ਜਹਾਨ ਦਾ। ਤੇਰੀ ਵਜ੍ਹਾ ਤੋਂ ਮੇਰੀ ਧੀ ਕਿੱਥੇ ਦੁਬਈ ਬੈਠੀ ਹੈ ਇਸ ਵੇਲੇ। ਅੱਛਾ ਜੀ, ਬੇੜਾ ਗਰਕ ਕਰਤਾ ਮੇਰੀ ਜ਼ਿੰਦਗੀ ਦਾ ਤੂੰ। ਮੈਂ ਹਾਂਜੀ ਅੱਬੂ ਜੀ, ਐ ਅੱਬੂ ਜੀ ਜਿਹੜਾ ਅੱਧੀ ਅੱਧੀ ਰਾਤ ਨੂੰ ਉੱਠ ਕੇ ਤੇਰੀ ਮਾਂ ਨਾਲ ਲੁੱਡੋ ਖੇਡਦਾ ਰਿਹਾ। ਤੋ ਤੇਰੀ ਮਾਂ ਐਡੀ ਕਾਰੀਗਰ, ਮੈਂ ਦਾਣਾ ਘਮਾ ਕੇ ਵੀ ਸੁੱਟਣਾ ਲੁੱਡੋ ਦੇ ਉੱਤੇ। ਮੈਨੂੰ ਖੱਜੀ ਵੀ ਆਉਣੀ, ਉਹਨੇ ਕਿਹੜਾ ਨਹੀਂ ਛੇ ਆਇਆ, ਫੇਰ ਵਾਰੀ ਤੇਰੀ, ਫੇਰ ਵਾਰੀ ਤੇਰੀ। ਬਗੈਰਤਾ ਤੂੰ ਤੇ ਮੇਰਾ ਦੇਖ ਨਹੀਂ ਦੇ ਸਕਦਾ। ਉਹ ਸਰਦੀਆਂ ਨੂੰ ਉੱਠ ਉੱਠ ਕੇ ਮੈਂ ਕੀ ਤੇਰੀ ਖਾਤਰ ਨਾਤਾ ਇਸ ਠੰਡ 'ਚ। ਉਹ ਨਾ ਮੈਂ ਜੂਨ ਵੇਖੀ, ਨਾ ਮੈਂ ਜੁਲਾਈ ਵੇਖੀ, ਸਿਰਫ ਤੇਰੀ ਮਾਈ ਵੇਖੀ। ਇਹ ਤੇਰੇ ਆਪਣੇ ਚਸਕੇ ਨੇ ਸੀ ਮੁੱਕਦੇ, ਮੈਨੂੰ ਕੀ ਕਹਿਣ ਦਿਆ। ਨਾ ਮੈਂ ਧੁੱਪ ਵੇਖੀ, ਨਾ ਮੈਂ ਛਾਂ ਵੇਖੀ, ਸਿਰਫ ਤੇਰੀ ਮਾਂ ਵੇਖੀ। ਓਏ ਜੇ ਤੂੰ ਮੇਰਾ ਪਿਓ ਨਾ ਹੁੰਦਾ ਤੇ ਫਿਰ ਮੈਂ ਹੋਣਾ ਸੀ। ਤੇਰਾ ਵਿਆਹ ਕਿਉਂ ਕਰਾਵਾਂ? ਕਰਾ ਲੈ ਵੇ, ਪਹਿਲੇ ਜਵਾਨ ਤੇ ਹੋ ਲੈ, ਕੱਦ ਤੇ ਕੱਢ ਲੈ। ਜਵਾਨ ਹੀ ਆ, ਨਾਲ ਸੌਂ ਕੇ ਵੇਖ ਲੈ। ਮੈਂ ਤੇਰੀ ਜਾਨੋ ਮਾਰ ਛੱਡਣਾ ਤੈਨੂੰ। ਜਾਨੋ ਮਾਰ ਦੇਣਾ ਕਿਉਂ? ਪਤਾ ਮੈਂ ਗੁੱਸੇ ਦਾ ਬਹੁਤ ਥੂਰ ਹੈਗਾ। ਪਤਾ ਮੈਨੂੰ ਤਾਂ ਨਹੀਂ ਤੇਰੀ ਧੌਣ ਮੁੜਦੀ। ਬਗੈਰਤ ਦੇ ਆ ਬੱਚਿਆ। ਅੱਬਾ ਜੀ ਹਾਂਜੀ, ਕੋਈ ਵੀ ਨਹੀਂ ਹੈਗਾ। ਹਾਂ ਆਪਣੇ ਮਾਂ ਨਾਲ ਦੱਸੋ, ਕੋਈ ਔਲਾਦ ਐਡੀ ਵੀ ਫਰੈਂਕ ਹੁੰਦੀ ਕਿ ਪਿਓ ਨੂੰ ਕਵੇ ਐਂ ਇੰਜ ਕਰ ਲੈਣਾ? ਹੁਣ ਇਹ ਕੋ ਹਰਾਮ ਦਾ ਜਿਹਾ ਬੱਚਾ, ਇਹਨੇ ਪਤਾ ਨਹੀਂ ਕੀ ਜਵਾਬ ਰਗੜਿਆ। ਤੂੰ ਦੱਸੋ ਉਹ ਕਰ ਲੈਣਾ। ਆਇਓ ਹੈਲੋ, ਕੀ ਮਤਲਬ ਆਇਓ? ਓਏ ਇਧਰ ਆ, ਇੱਥੇ ਕਰਨਾ। ਓ ਭਾਈ ਹਾਂਜੀ, ਹੋ ਗਈ ਆ ਗਈ ਆ, ਮੁੜ ਜਾ ਮਗਰ ਲਗਾ ਲਿਆ। ਓ ਭਾਈ ਆ ਚੁੱਕਣਾ। ਅੱਜ ਆਪਣੇ ਮਾਂ ਨਾਲ ਦੱਸ ਜੀ ਬਾਈ, ਓ ਮੈਂ ਤੇਰਾ ਪਿਓ ਵਾ ਜਾਂ ਨਸੀਰ ਬਾਦਸ਼ਾਹ ਦਾ? ਗੱਲ ਤੇ ਦੱਸ ਜੀ ਬਾਈ। ਅੱਜ ਵੀਡੀਓ ਵੀ ਬਣਦੀ ਪਈ ਹੈ, ਖੈਰ ਨਾ ਜਰਾ ਮੈਨੂੰ ਡਰਾਮਾ ਰਿਹਾ। ਤੈਨੂੰ ਤੇਰੀ ਮਾਂ ਦੀ ਕਸਮ ਹੈ ਗੁੱਡੂ, ਝੂਠ ਨਾ ਬੋਲੀ। ਠੀਕ ਹੈ, ਓ ਐਡੀ ਤਕਲੀਫ 'ਚ ਕਿਉਂ ਡਰਾਮਾ ਕਰਨਾ? ਸਾਰੀ ਦੁਨੀਆ ਜੁਗਤ ਕਰਦੀ, ਬੜਾ ਤੇਰਾ ਠੁੱਡੇਰ ਗਾ ਮੂੰਹ ਤੂੰ ਹਾਏ ਫੜ ਕੱਟ ਗਿਆ ਹੀ ਆ ਜਾ। ਇਹ ਸੱਚੀ ਦੱਸੀ, ਇਹ ਅੰਮਾ ਜੀ ਗੰਦੀ ਫਿਲਮਾਂ 'ਚ ਕੰਮ ਤਾਂ ਨਹੀਂ ਸੀ ਕਰਦੇ? ਅੱਬੂ ਜੀ ਦੱਸੋ। ਅੱਬੂ ਜੀ ਨਹੀਂ, ਇੱਧਰ ਅੱਬੂ ਜੀ ਨੂੰ ਦੱਸੋ। ਬਗੈਰ ਤਾਂ ਤੇਰੀ ਸਕੀ ਭੈਣ ਤੇਰੇ ਸਾਹਮਣੇ ਟਾਕੀ ਨਹੀਂ ਫੇਰ ਸਕਦੀ। ਉਹ ਟਾਕੀ ਫੇਰਦੀ ਹੋਏ ਤੇ ਉੱਤੇ ਖਲੋ ਕਰ ਦਿੰਦਾ ਆਇਆ। ਇਹਦੀ ਮਾਂ ਦੇ ਲਈ ਚਾਹ ਲੈ ਕੇ ਆਵੇ, ਕੱਪ ਲੈ ਕੇ ਆਵੇ ਤੇ ਕਹਿੰਦਾ ਇਹ ਡੂੰਡੀ ਚੁੰਮਲੀਆਂ ਭੂਆ ਦੇ। ਬਗੈਰ ਤੇ ਆ ਬੱਚਾ, ਮੈਂ ਰੋਲਾ ਨਹੀਂ ਪਾਉਂਦਾ। ਹਾਂ ਵੇਲੋ, ਹੁਣ ਤੁਸੀਂ ਮੇਰੇ ਪਿਓ ਹੋ। ਹਾਂ ਗੰਦੀ ਨਜ਼ਰ ਰੱਖ ਲਈ ਫੇਰ। ਉਹ ਤੇ ਇੱਕ ਪਾਕਿਸਤਾਨੀ ਮੁੰਡਾ, ਅੱਲਾ ਉਹਦਾ ਭਲਾ ਕਰੇ। ਅੱਛਾ, ਉਹਨੂੰ ਅੱਲਾ
ਖਜ਼ਾਨਿਆਂ ਚੋਂ ਆਪਣੇ ਦੇਵੇ। ਉਹਨੇ ਮੇਰੀ ਧੀ ਦੀ ਇੱਜ਼ਤ ਬਚਾਈ, ਉਹਨੇ ਕਿਹਾ ਮੇਰੀ ਬੀਵੀ ਆ। ਅੱਛਾ, ਅਰਬੀ ਅੱਗੋਂ ਤਿੰਗੜ ਗਿਆ, ਕਹਿੰਦਾ ਨਿਕਾਹ ਨਾਮਾ ਵਹਾ। ਉਹਨਾਂ ਵਿਚਾਰਿਆਂ ਨੇ ਰਾਤੋ ਰਾਤੀ ਨਿਕਾਹ ਕਰਕੇ ਨਿਕਾਹ ਨਾਮਾ ਵਹਾਇਆ ਤੇ ਫਿਰ ਜਾਨ ਛੁੱਟੀ। ਉਹ 8 ਦਿਨ ਲਈ ਇੱਥੇ ਆ ਰਿਹਾ, ਬੜਾ ਅਮੀਰ ਕਬੀਰ ਆ। ਅੱਛਾ ਮੀਰ ਆ, ਹੋ ਸਕਦਾ ਨਖਟੂਆ ਤੈਨੂੰ ਆਪਸੀ ਤੇ ਦੁਬਈ ਲੈ ਜਾਏ। ਦੁਬਈਆ ਇਸ ਪੱਲੇ ਗੰਨੇ ਚੋਂ ਵੀ ਕੱਢ ਕੇ ਲੈ ਕੇ ਜਾਏਗਾ ਸਾਨੂੰ। ਹਾਂ ਮੈਂ ਦੁਬਈਆ ਜਾਵਾਂਗਾ, ਦੁਬਈਆ। ਉਹ ਦੁਬਈ, ਉਹ ਦੁਬਈਆਂ ਕਿਹੜੀਆਂ? ਮੈਂ ਵੰਡ ਕੋਈ ਵੀ ਲੈਣੇ ਪਰ ਲੈ ਕੋ। ਆ ਓਏ ਵੀ ਲੈ ਲਈ, ਆਪਣੇ ਤਾਏ ਨੂੰ ਜਗਾ। ਤਾਇਆ ਜੀ, ਕੀ ਰੌਲਾ ਪਾਇਆ ਜੀ ਰਿਆ ਮੁੰਡੇ ਨੇ? ਲੈ ਢੋਲ ਵੀ ਕੋਈ ਨਹੀਂ, ਫਿਰ ਧਮਾਲ ਪਾਈ ਹੁੰਦਾ, ਕੀ ਰੌਲਾ ਪਾਇਆ ਇਹ? ਔਲਾਦ ਬਣਿਆ ਰਿਹਾ, ਤੁਹਾਨੂੰ ਪਿਓ ਹੀ ਬਣਾਇਆ, ਔਰ ਕਿਦੋਂ ਦੇ ਤੁਸੀਂ ਮਜ਼ਦੂਰ ਹੋ, ਮੈਂ ਤੁਹਾਨੂੰ ਸਾਂਭਣ ਰਿਹਾ। ਇੱਕ ਛੋਟੀ ਜਿਹੀ ਰਿਕੁਐਸਟ ਕਰਨੀ। ਆਪਣੀ ਬਲਕੀਸ ਨੇ ਉਹਨੇ ਦੁਬਈ ਕਰ ਲਿਆ ਵਿਆਹ, ਸ਼ੁਕਰ ਹੈ। ਉਹ ਜਵਾਈ ਆ ਰਿਹਾ 8.5 ਦਿਨ ਲਈ ਇੱਥੇ ਪਾਕਿਸਤਾਨ ਦੇ ਵਿੱਚ, ਉਹਨੂੰ ਤੁਹਾਡੇ ਕਮਰੇ 8 ਦਿਨ ਰੱਖਣਾ, ਤੁਹਾਡਾ ਕਮਰਾ ਜ਼ਰਾ ਸਾਫ ਆ, ਉਹ ਮੈਨੂੰ ਦੇ ਦਿਓ, ਜਦੋਂ ਟੁਰ ਜਾਏਗਾ ਕਮਰਾ ਤੁਹਾਡਾ ਤੁਹਾਡੇ ਹਵਾਲੇ। ਜੀ ਰਿਆ ਮੈਂ ਕੰਮ ਨਹੀਂ ਕਰਦਾ, ਮੁਥਾਜ ਆ, ਤੂੰ ਮੈਨੂੰ ਘਰੋਂ ਕੱਢਣਾ ਜਾਂਦਾ ਬਹਾਨੇ ਨਾਲ, ਮੈਂ ਨਹੀਂ ਜਾਣਾ। ਐ ਜੇ ਸ਼ਰੀਕਾ, ਸਾਰੀ ਜ਼ਿੰਦਗੀ ਪਿੱਛੋਂ ਵੱਡੇ ਭਰਾ ਨੂੰ ਇੱਕ ਖੁਆਇਸ਼ ਕੀਤੀ ਤੇ ਉਹ ਵੀ ਨਾ ਕਰਤਾ, ਅੱਗੋਂ ਇਲਜ਼ਾਮ ਲਾਤਾ ਕਿ ਮੈਨੂੰ ਤੂੰ ਘਰੋਂ ਕੱਢਣਾ ਚਾਹੁੰਦਾ, ਉਹ ਮੈਂ ਤੁਹਾਨੂੰ ਘਰੋਂ ਕੱਢ ਕੇ ਭੇਜਾਂਗਾ। ਕਿੱਥੇ ਤੁਸੀਂ 100 ਦੀ ਸਪੀਡ ਨਾਲ ਵੀ ਜਾਓ ਤੇ ਤੁਸੀਂ ਇੱਥੇ ਹੁੰਦੇ ਹੋ, ਇੰਜ ਤੇ ਜਾਂਦੇ ਹੋ ਤੁਸੀਂ? ਤੁਹਾਨੂੰ ਤਾਂ ਪੂਰੇ ਮਹੱਲੇ 'ਚ ਕੋਈ ਚਾਹ ਲੈਣ ਨਹੀਂ ਭੇਜਦਾ, ਵਾਪਸੀ 'ਚ ਕੱਪਾਂ 'ਚ ਆਪ ਹੀ ਪਾ ਲਿਆਂਦਾ। ਕਮਾਲ ਨਾ, ਬੇੜੇ ਗਰਕ ਕਰ ਦਿੱਤੇ। ਅੱਜ ਜੁਮਾ ਪੜਨ ਗਿਆ, ਉੱਥੇ ਮੈਨੂੰ ਫੈਂਟੀ ਪਵਾਈ। ਕੀ ਹੋਇਆ? ਉਹ ਲੱਤ 'ਚ ਸਰੀਆ, ਸਾਰਿਆਂ ਨੇ ਸਹੀਦਾ ਦਿੱਤਾ, ਇਹਨੇ ਵੀ ਦਿੱਤਾ, ਲੱਤ ਸਿੱਧੀ ਕੀਤੀ, ਪਿਛਲੀ ਲੈਣ ਹੀ ਸੁੱਟ ਦਿੱਤੀ। ਤੈਨੂੰ ਸ਼ਰਮ ਨਹੀਂ ਆਉਂਦੀ ਤਾਇਆ? ਔਰ ਪੰਚਰ ਕਿਸ ਨਾਲ ਗੁਟਕੇ ਤੁਸੀਂ ਕਮਰਾ ਦੇਣਾ ਜੇ, ਵਰਨਾ ਇੱਥੇ ਕਪੱਤ ਹੋ ਜਾਣਾ ਜੀ। ਮੈਂ ਕਮਰਾ ਨਹੀਂ ਦੇਣਾ, ਦੁਸ਼ਮਣ ਹੁੰਦੇ ਭਾਈ ਭਾਈਆਂ ਦੀਆਂ ਬਾਹਾਂ, ਤੇ ਉਹਨੇ ਸਿਰ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ। ਮੈਂ ਤਾਏ ਤੇਰੇ ਨਾਲ ਗੱਲ ਕਰਨਾ, ਉਹ ਗਤਾਰੂਲ ਕਾਦਰੀ ਬਣ ਜਾਂਦਾ। ਮਰੋ ਕਿਧਰੇ ਆਪਣੇ ਕਮਰੇ ਜਾ ਕੇ ਰੌਲਾ ਪਾਓ, ਚੌਂਕੀ ਖਿਲੋ ਕੇ ਖੱਪ ਆਈ ਹੁੰਦੀ ਹੈ, ਵੱਖਰੇ ਰੇਹੜੀਆਂ ਵਾਲੇ ਨੂੰ ਮੱਲਾ ਦੇ ਬੈਠੇ ਸੀ। ਮੱਲਾ ਸਭ ਦਾ ਸਾਂਝਾ, ਇਹ ਜਿੰਜ ਤੇਰਾ ਤੇ ਹੱਕ ਹੈ, ਉਂਝ ਸਾਡਾ ਹੱਕ, ਤੁਹਾਡਾ ਬਹੁਤਾ ਹੱਕ ਹੈ ਮਾਮਾ, ਤੁਸੀਂ ਬਹੁਤਾ ਰੌਲਾ ਪਾਉਂਦੇ ਹੋ। ਮੋਕਾ ਪਾਣੀ ਹੁੰਦੀ ਹੈ, ਆਪਣੇ ਘਰ ਜਾ ਕਰੋ, ਇਹ ਘਰ ਦਾ ਬੂਆ ਹੀ ਹੈ, ਬਾਹਰ ਚੌਂਕਾ ਸਾਂਝਾ ਚੌਂਕਾ, ਸਾਡਾ ਵੀ ਬੂਆ ਹੀ ਹੈ ਮਾਮਾ, ਅਸੀਂ ਪੁੱਛਾ ਨਾ ਨੇ। ਮੈਨੂੰ ਇੱਕ ਗੱਲ ਦੱਸ, ਅਸੀਂ ਉੱਚੀ ਬੋਲਨੇ ਆ, ਕਿਹੜਾ ਤੇਰਾ ਆਪਰੇਸ਼ਨ ਹੋਇਆ, ਤੇਰੇ ਟਾਂਕੇ ਖੁੱਲ ਜਾਂਦੇ ਆ, ਉੱਚੀ ਕੱਢ ਦੀ ਬੋਲਣ ਦੇ, ਕਿਹੜਾ ਤੁਸੀਂ ਇੱਥੇ ਸੌਦਾ ਦਾ ਜਿਹੜਾ ਨਹੀਂ ਵਿਕਣ ਦਿਆ ਤੁਹਾਡਾ, ਤੇਰੀ ਇੱਜ਼ਤ ਕਰਨੀ ਆ, ਤੇਰੇ ਤੇ ਬੋਲੀ ਇੱਜ਼ਤ ਕਰਨ ਵਾਲੇ ਨਹੀਂ। ਨਾ ਨਾ ਸਾਲੇ, ਮੈਂ ਗੱਲ ਕੋਈ ਕਰਨ ਨਹੀਂ, ਕੋਈ ਜਵਾਬ ਤਾਂ ਕੋਈ ਦੇ ਰਹੇ, ਢਿੱਲੇ ਬੁਲਾ ਵਾਲੇ ਆ, ਆਪਣੀ ਔਲਾਦ ਵੇਖ ਸਾਲੇ ਆ, ਆਪਣਾ ਤੁਹਾਡਾ ਪੂਰਾ ਸੈੱਟ ਠੀਕ ਨਹੀਂ ਹੈ, ਵੱਡਾ ਕਿਹੋ ਜਿਹਾ ਛੋਟਾ ਕਿਹੋ ਜਿਹਾ ਉਹ ਮੈਂ ਬਿਲਕੁਲ ਨਹੀਂ ਰਲਦਾ, ਲੱਖ ਲਾਣਾ ਤੁਹਾਡੀ ਟੋਟਲ ਫੈਮਿਲੀ ਤੇ। ਮੈਂ ਤੈਨੂੰ ਕਹਿੰਦਾ ਸੀ ਪੂਰਾ ਜੰਮ ਲਿਆ ਬਗਾੜਾ, ਤੂੰ ਐਵੇਂ ਆਪਣਾ ਭਰਾ ਲੰਗੜਾ ਲੱਗਦਾ, ਮੇਰੇ ਬੂਹੇ ਅੱਗੇ ਕੋਈ ਸਕੂਟਰ ਲਾ ਗਿਆ ਯਾਰ, ਵੇਖ ਤੇ ਸਹੀ ਜਲੀਲ ਕਰਨ ਦਿਆ, ਉਸੇ ਸਕੂਟਰ ਦੀ ਗੱਦੀ ਅਗਰਾ ਮੂੰਹ ਹੈ ਤੇਰਾ, ਗੱਦੀ ਸਕੂਟਰ ਦਾ ਬੱਚਾ ਵੇਖ ਜਰਾ, ਨਾ ਪੂਰਾ ਬੱਚਾ ਜੰਮਿਆ, ਨਾ ਅੱਧਾ ਜੰਮਿਆ ਸਾਲਾ, ਨਾ ਜਵਾਨ ਹੋਇਆ ਨਾ ਗਿੱਠਾ ਰਿਹਾ, ਇਹਨੂੰ ਤਾਂ ਬੰਦੇ ਵੇਖ ਕੇ ਫਿੱਟੇ ਮੂੰਹ ਤਾਂ ਨਹੀਂ ਕਹਿੰਦੇ, ਗਿੱਠੇ ਮੂੰਹ। ਮੇਰੀ ਵਜ੍ਹਾ ਤੋਂ ਮੈਂ ਜਲੀਲ ਹੁੰਨਾ ਬਗੈਰਤਾ, ਸੇ ਮੇਰੇ ਬੱਚੇ ਚ ਨੁਕਸ ਕੱਢਦਾ, ਆਪਣੇ ਬੁੱਲ ਵੇ ਦੂਰੋਂ ਇੰਜਲਾ ਦਾ ਨਸਵਾਰ ਰੱਖੀ, ਓਏ ਜਿਹੜਾ ਬੋਲਦਾ ਤੇਰਾ, ਆ ਜਿਹੜਾ ਬੋਲ ਮਰੇ, ਜਿੱਡਾ ਜਿਹੜਾ ਮੇਰਾ ਬੋਲੇ ਉਡਾ ਹੀ ਬੱਚਾ ਜੰਮ ਲਿਆ, ਤੂੰ ਤੇ ਬੱਚੇ ਦੇ ਨਾਮ ਦਾ ਨਹੀਂ ਜੰਮਿਆ, ਇਹ ਬੱਚਾ ਹੈ ਜੰਮਣ ਵਾਲਾ, ਤੇ ਕੀ ਹੈ ਬੱਚੇ ਮੇਰੇ, ਇੰਨੀ ਔਰਤ ਨੂੰ ਵੈਸੇ ਹੀ ਗੈਸ ਹੁੰਦੀ। ਤੈਨੂੰ ਜਾਨੋ ਮਾਰ ਦੇਣਾ ਕੰਜਰਾ, ਤੇਰੀ ਵਜ੍ਹਾ ਤੋਂ ਮੈਂ ਜਲੀਲ ਹੁਣ। ਓ ਕੁੜੀਆ, ਮੇਰੇ ਪਿਓ ਨੂੰ ਕੀ ਕਹੀ ਜਾ ਰਿਹਾ, ਇਹਦੇ ਬੁੱਲਾ ਇਹਦੇ ਬੁੱਲਾ ਪੂਰੇ ਭਾਈਆਂ ਨੂੰ ਕਹਿੰਦਾ, ਬੋਲੇ ਲੈ ਹੱਥ ਪੂਰੇ ਲੈ ਕੇ ਰਹਿ ਇੱਥੇ ਕੀ ਜਾਂਦੇ, ਮੈਂ ਬੋਲੇ ਲੈ ਆਪਾਂ ਕਿਵੇਂ ਖਲਾਇਆ।
ਬੱਚਾ ਟ੍ਰੇ ਚ ਰੱਖ ਕੇ ਅੱਗੇ ਰੱਖ ਦਿੱਤਾ ਤੇ ਲੋਕਾਂ ਨੂੰ ਕਹਿੰਦਾ ਫਿਰ ਜੇ 2.5 ਕਿਲੋ ਦਾ ਬੱਚਾ ਹੋਏ
ये उठता नहीं उठ जाता है। डॉक्टर तू कह दो ये भौंके, तू कह दो ये रोए, ऐसा नहीं हो सकता, ये मेरा बच्चा है भाई। वो तो राइटर डायरेक्टर है, लिख भी आप लेंदा, गल भी आप बना। बेचारे मरे तलवार ते कच्चा टंगिया होंदा फिर मुझे चलिए। चलो जी तलवार ते कच्चा टंगिया होंदा मेरे उधर का मुंह है, तू तलवार वेख तेरा सारी कच्चे अल क्यों ध्यान है। ठंड लगी हो मुड़ के औलाद एह जी होती है, अपने कच्चे का ध्यान रखा। तू खुश हो लड़ाई झगड़ा नहीं मुकना, असं मियां बीवी ने रहनी। चलो बेगम रिटायर रेलवे ऑफिसर। अच्छा शेख रशीद का साला। अच्छा गल सुन मेरी,
ਇਧਰ ਮੇਰੇ ਵਾਲ ਵੇਖੋ ਪਤਾ ਨੀ ਸੱਪ ਲੰਘੇ ਮੈਨੂੰ ਇਹ ਦੱਸੋ ਤੁਸੀਂ ਮੈਂ ਤੁਹਾਨੂੰ ਬਜ਼ੁਰਗ ਦਾ ਰੋਲ ਕਰਾਵਾਂਗਾ ਹਿੱਟ ਹੋ ਜਾਓਗੇ ਮੈਂ ਇੱਥੇ ਕੰਜਰਖਾਨਾ ਨਹੀਂ ਹੋਣ ਦੇਣਾ ਮੇਰਾ ਜਵਾਈ ਆ ਰਿਹਾ ਦੁਬਈ ਇਹੋ ਜਿਹਾ ਬਾਬਾ ਆਪਣੇ ਬੂਹੇ ਘਰੋ ਰਿਹਾ ਤਾਂ ਮੈਂ ਕੀ ਹੋਇਆ ਦਰਵਾਜ਼ਾ ਨਹੀਂ ਖੋਲ ਰਿਹਾ ਤੁਹਾਨੂੰ ਖੱਡਾ ਬਣਾ ਦੇਣਾ ਹੀਰੋ ਮੈਂ ਤੁਸੀਂ ਇਸ ਗੱਲ ਤੋਂ ਮੁੜ ਜਾਓ ਇੱਥੇ ਫਿਲਮ ਨਹੀਂ ਬਣਨੀ ਜਿਹਨੂੰ ਮਰਜ਼ੀ ਆਪਣੇ ਰਾਈਟਰ ਨੂੰ ਮਿਲ ਕੇ ਜਾਣਾ ਹਰ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਮੈਂ ਇਸ ਲਈ ਕਾਮਯਾਬ ਨਹੀਂ ਮੇਰੀ ਬੁੱਢੀ ਟੁੰਡੀ ਉਹਨੇ ਫਿਲਮ ਲਿਖੀ ਕੀ ਬਾਤ ਹੈ ਉਹਦੀ ਇੱਕ ਬੀਵੀ ਉਹਨਾਂ ਦੋਵਾਂ ਨੇ ਇੱਕ ਆਪਣੀ ਜਿਹੜੀ ਸ਼ਾਦੀ ਉਹਨਾਂ ਦੀ ਹੋਈ ਹੈ ਨਾ ਹਾਂਜੀ ਰਾਈਟਰ ਦੀ ਤੇ ਉਹਦੀ ਬੀਵੀ ਦੀ ਜੀ ਜੀ ਉਹ ਬੜਾ ਇੱਕ ਡਰਾਮਾਟਾਈਜ਼ ਤਰੀਕੇ ਦੇ ਨਾਲ ਹੋਈ ਹੈ ਉਹਨਾਂ ਦਾ ਲਵ ਜਿਹੜਾ ਸਟਾਰਟ ਹੈ ਬੜਾ ਅਜੀਬ ਜਿਹਾ ਐਕਚੁਅਲੀ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਥੋੜ੍ਹੇ ਜਿਹੇ ਪ੍ਰੋਬਲਮਸ ਆਏ ਨੇ ਐਕਚੁਅਲੀ ਬਟ ਉਹਨਾਂ ਨੇ ਉਹਨਾਂ ਪ੍ਰੋਬਲਮ ਨੂੰ ਫੇਸ ਕਰਕੇ ਹਾਂਜੀ ਸ਼ਾਦੀ ਕੀਤੀ ਹੈ ਸ਼ਾਦੀ ਤੋਂ ਬਾਅਦ ਜ਼ਿੰਦਗੀ ਜਿਹੜੀ ਨਾ ਥੋੜ੍ਹੀ ਗੁਰਬਤ ਵਾਲੀ ਗੁਜ਼ਰ ਰਹੀ ਹੈ ਵਾਹ ਵਾਹ ਗੁਰਬਤ ਵਾਲੀ ਜ਼ਿੰਦਗੀ ਗੁਜ਼ਰੀ ਉਹਦੀ ਜ਼ਿੰਦਗੀ 'ਚ ਇੱਕ ਬੰਦਾ ਐਸਾ ਆਇਆ ਫਿਲਮ ਸਾਜ਼ ਜਿਹਨੇ ਅੱਗ ਨੂੰ ਕਿ ਮੈਂ ਤੇਰੀ ਫਿਲਮ ਬਣਾਵਾਂਗਾ ਫਿਲਮ ਬਣਾਉਣਾ ਸੀ ਉਹਨੇ ਜਦੋਂ ਸ਼ੁਰੂ ਕੀਤਾ ਕੰਮ ਉਹ ਜਿਹੜੀ ਫਿਲਮ ਦੀ ਮੌਜੂਦਾ ਹੀਰੋਇਨ ਸੀ ਨਾ ਉਸ ਵੇਲੇ ਦੀ ਉਹਨੇ ਇਨਕਾਰ ਕਰਤਾ ਕਿ ਮੈਂ ਫਿਲਮ 'ਚ ਕੰਮ ਨਹੀਂ ਕਰਾਂਗੀ ਵੈਰੀ ਗੁੱਡ ਫਿਲਮ ਸਾਜ਼ ਨੇ ਆਈਡੀਆ ਦਿੱਤਾ ਤੂੰ ਆਪਣੀ ਬੀਵੀ ਨੂੰ ਫਿਲਮ 'ਚ ਕਿਉਂ ਨਹੀਂ ਪਾ ਲੈਂਦਾ ਗੁੱਡ ਆਈਡੀਆ ਉਹਨੇ ਆਪਣੀ ਬੀਵੀ ਨੂੰ ਫਿਲਮ 'ਚ ਪਾਇਆ ਫਿਲਮ ਸੁਪਰ ਹਿੱਟ ਹੋ ਗਈ ਹਿੱਟ ਹੁਣ ਗੁਰਬਤ ਦੀ ਜ਼ਿੰਦਗੀ 'ਚੋਂ ਇੱਕਦਮ ਇੱਕ ਔਰਤ ਨੂੰ ਸ਼ੋਹਰਤ ਮਿਲ ਗਈ ਵਾਹ ਇੱਕ ਰਾਈਟਰ ਨੂੰ ਨਾਮ ਮਿਲ ਗਿਆ ਉਹ ਬੁਲੰਦੀਆਂ 'ਤੇ ਚਲੇ ਗਏ ਨੇ ਅਜੇ 2-4 ਦਿਨ ਹੀ ਨਹੀਂ ਗੁਜ਼ਰੇ ਅਤੇ ਉਹਦੀ ਬੀਵੀ ਜਿਹੜੀ ਹੈ ਨਾ ਉਹ ਘਰ 'ਚੋਂ ਬੈਗ ਲੈ ਕੇ ਜਾ ਰਹੀ ਉਹਨਾਂ ਨੇ ਪੁੱਛਿਆ ਤੂੰ ਕਿੱਥੇ ਚੱਲੀ ਕਹਿੰਦੀ ਮੇਰੇ ਰਹਿਣ ਦੀ ਜਗ੍ਹਾ ਨਹੀਂ ਟੋਟਲ ਚੇਂਜ ਹੋ ਗਈ ਉਹਦੇ ਨਾਲ ਐਕਸੀਲੈਂਟ ਉਹਨੇ ਕਿਹਾ ਮੈਂ ਤੇਰੇ ਨਾਲ ਗੁਰਬਤ ਦੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੁਪਰ ਹਿੱਟ ਮੈਂ ਆਪਣੇ ਸੁਪਨੇ ਵੇਖਾਂਗੀ ਮੈਂ ਆਪਣਾ ਜਿਹੜਾ ਮੈਂ ਖਾਬ ਦੇਖਿਆ ਮਹਿਲ ਦਾ ਹੁਣ ਉਹਦੇ 'ਚ ਜਾਵਾਂਗੀ ਮੈਂ ਕਹਿੰਦਾ ਸੁਪਰ ਹਿੱਟ ਫਿਲਮ ਕਿੱਥੇ ਕਿਹਦੇ ਨਾਲ ਕਰ ਰਹੀ ਤੂੰ ਤੇ ਉਹਨੇ ਜਦੋਂ ਘਰ ਬੁਲਾਇਆ ਜਿਹੜਾ ਫਿਲਮ ਦਾ ਫਿਲਮ ਸਾਜ਼ ਹੈ ਨਾ ਉਹ ਘਰ 'ਚ ਆਉਂਦਾ ਉਹਦੇ ਨਾਲ ਚੱਕਰ ਹੋ ਗਿਆ ਐਕਸੀਲੈਂਟ ਇਹ ਫਿਲਮ ਦਾ ਹਰਟ ਹੋ ਗਿਆ ਸਾਰਾ ਮੈਂ ਕਿਹਾ ਹਿੱਟ ਫਿਲਮ ਇਹਦੀਆਂ ਟਿਕਟਾਂ ਨਹੀਂ ਲੱਭਣੀਆਂ ਅੱਛਾ ਜੀ ਕਿਸੇ ਨੇ ਚੁੱਕ ਕੇ ਲੈ ਜਾਣੀਆਂ ਨੇ ਅੱਛਾ ਗੱਲ ਸੁਣੋ ਤੁਸੀਂ ਪਿਛਲੇ ਬੰਦੇ ਨੇ ਕਿਹਾ ਬੀਬੀ ਪਿੱਛੋਂ ਕਮੀਜ਼ ਚੁੱਕ ਕਹਿੰਦੀ ਮੇਰਾ ਬੰਦਾ ਨਾਲ ਇਹਦਾ ਜਵਾਬ ਵੀ ਨਵਾਂ ਹੀ ਦੇਣਾ ਪੈਣਾ ਇਹ ਵੀ ਆਪਣੀ ਬੀਬੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਹਾਂ ਉਹ ਕਹਿੰਦੀ ਮੈਂ ਨਹੀਂ ਡਰਦੀ ਇਸ ਕੰਜਰ ਤੋਂ ਕਰਨਾ ਖਰਾਬ ਇਸ ਬਲਾ ਨੂੰ ਛੇੜ ਬੈਠੇ ਅਸੀਂ ਰਾਈਟਰ ਆਦਮੀ ਹੈ ਕੋਈ ਨਾ ਕੋਈ ਗੱਲ ਲਿਖ ਲੈਂਦਾ ਅੱਛਾ ਸਰ ਤੁਸੀਂ ਫਿਲਮ ਸਾਜ਼ ਨਾਲ ਗੱਲ ਕਰੋ ਆਪਾਂ ਇਹ ਕਹਾਣੀ ਸ਼ੁਰੂ ਕਰੀਏ ਠੀਕ ਹੈ ਠੀਕ ਹੈ ਅੱਛੇ ਤਰੀਕੇ ਨਾਲ ਮੈਂ ਮਲਕ ਸਾਹਿਬ ਨੂੰ ਲੈ ਕੇ ਆਉਣਾ ਉਹਨਾਂ ਨਾਲ ਮੈਂ ਟਾਈਮਿੰਗ ਬਣਾ ਲਈ ਔਰ ਪੈਸੇ ਦੀ ਤੇ ਤੁਸੀਂ ਟੈਨਸ਼ਨ ਲੈਣੀ ਨਹੀਂ ਸਰ ਇੱਕ ਗੱਲ ਦੱਸੋ ਜੀ 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 ਇਸ ਤੋਂ ਇਲਾਵਾ ਵੀ ਤੁਹਾਨੂੰ ਕਦੇ ਕਿਸੇ ਨੇ ਕਿਹਾ ਕਿ ਤੁਹਾਡਾ ਮੂੰਹ ਬਹੁਤ ਗੰਦਾ ਨਹੀਂ ਸਰ ਮੈਂ ਕਹਿਤਾ ਹੈ ਤੂੰ ਕਹਿਤਾ ਓਏ ਗੱਲ ਸੁਣ ਹਾਂਜੀ ਅਦੀਪ ਸਾਹਿਬ ਨੂੰ ਫੋਨ ਕੀਤਾ ਜੀ ਕੀਤਾ ਜੀ ਮੈਂ ਕਬਰਸਤਾਨ ਕੀਤਾ 4 ਮਹੀਨੇ ਕੱਲ ਆਜਾ ਲੱਗਦਾ ਇਹਨਾਂ ਨੂੰ ਫਿਲਮ ਬਹੁਤ ਪਸੰਦ ਆ ਗਈ ਪਸੰਦ ਆ ਗਈ ਵੇਖਣਾ ਫਿਲਮ ਸਾਜ਼ ਨੂੰ ਵੀ ਪਸੰਦ ਆਏਗੀ ਅੱਛਾ ਹਾਂ ਅੱਲਾ ਕਰੇ ਤੇਰੀ ਜਾਣਾ ਲਿਖਣਾ ਕੱਖ ਨਾ ਮਰੇ ਆਪਣੇ ਘਰ ਦਾ ਤੱਪੜ ਦੇ ਸਿਰ ਤੋਂ ਲੱਗਦਾ ਮਰੀ ਜਾਣ ਦੇ ਫਰੀ ਜਾਂਦਾ ਕੱਖ ਨਹੀਂ ਕਰਦਾ ਮੁੰਡਾ ਮੇਰਾ ਪਤਾ ਨਹੀਂ ਕਿੱਥੇ ਰਹਿ ਗਿਆ ਕੁੜੀ ਦਾ ਫੋਨ ਵੀ ਆਓ ਜੀ ਹਰਾਮਦਾ ਸਾਹਿਬ ਕਿੱਥੇ ਰਹਿ ਗਏ ਸੋ ਐਡੀ ਲੇਟ ਕਿਉਂ ਹੋ ਗਏ ਉਹ ਦੁਕਾਨਦਾਰ ਬੜਾ ਮੂੰਹ ਨਹੀਂ ਸੀ ਕਰਦਾ ਪਿਆ ਯਾਨੀ ਡੇਰ ਅਫੀਸਰ ਦਾ ਪੁੱਤਰ ਚੋਰੀਆਂ ਕਰ ਰਿਹਾ ਕਿਆ ਬਾਤ ਹੈ ਓਏ ਓਏ ਕੰਜਰਾ ਮੁੜ ਜਾ ਮੇਰੀ ਇੱਜ਼ਤ ਕਿਤੇ ਰਹਿਣ ਦੇ ਭੈਣ ਤੇਰੀ ਦਾ ਫੋਨ ਆ ਗਿਆ 에ਅਰਪੋਰਟ ਤੋਂ ਕਦੋਂ ਨਹੀਂ ਨਿਕਲੀ ਆ ਕਿਤੇ ਪਹੁੰਚ ਗਈ ਤੇ ਜਲੀ ਉਹ ਵੀ ਬੱਚੀ ਮੇਰਾ ਬੱਚਾ ਉਹ ਮੇਰੀ ਭੈਣ ਹੈ ਤੇਰੀ ਨਹੀਂ ਉਹਨੂੰ ਉਂਝ ਯਕੀਨ ਨਹੀਂ ਆਣਾ ਕਿ ਤੇਰੀ ਭੈਣ ਦਾ ਗੁੱਟ ਫੜ ਤੇ ਹਾਲ ਲੈ ਕੇ ਚੱਕਰ ਲਵਾ ਗਿਆ ਕੰਜਰ ਤੇ ਆ ਬੱਚੇ ਐਡੀ ਮਸ਼ਹੂਰੀ ਕਰ ਅੱਬਾ ਜੀ ਮੇਰਾ ਪੁੱਤ ਮੇਰਾ ਚਜਾਲਾ
ਮੈਨੂੰ ਤੇ ਉਹ ਬੜਾ ਗੰਦਾ ਲੱਗਣ ਡਿਆ ਤੂੰ ਕਹਿੰਦੀ ਦਿਲ ਦਾ ਬੜਾ ਸਾਫ ਆ ਬਹੁਤ ਦਿਲ ਦਾ ਸਾਫ ਹੈ ਤੁਹਾਡੇ ਤੁਹਾਡੇ ਜਵਾਈ ਨੇ ਮੈਨੂੰ ਪੂਰਾ 100 ਤੋਲੇ ਸੋਨਾ ਪਾਇਆ ਮਾਸ਼ਾਅੱਲਾ ਮਾਸ਼ਾਅੱਲਾ ਮੈਨੂੰ ਪਤਾ ਮੇਰੀ ਧੀ ਐਵੇਂ ਤੈਵੇਂ ਨਹੀਂ ਹੈਗੀ ਵੱਡੀ ਜਗ੍ਹਾ ਹੀ ਹੱਥ ਮਾਰਿਆ ਹੋਣਾ ਕਹਿੰਦੇ ਬਾਤ ਬਹੁਤ ਆ ਬਹੁਤ ਬਾਤ ਵੱਡਿਆਂ ਦੇ ਸਾਹਮਣੇ ਅੱਖ ਵੀ ਨਹੀਂ ਚੁੱਕਦਾ ਉੱਚੀ ਜ਼ਬਾਨ 'ਚ ਗੱਲ ਵੀ ਨਹੀਂ ਕਰਦਾ ਅੱਖ ਵੀ ਨਹੀਂ ਚੁੱਕਦਾ ਕਿਤੇ ਮਣਕਾ ਤੇ ਨਹੀਂ ਟੁੱਟਾ ਹੋਗਾ ਤੈਨੂੰ ਵੀ ਜਾਦਾ ਤਾਂ ਤੂੰ ਵੀ ਬਾਹਰ ਹੀ ਰਹਿਣਾ ਕਿਉਂਕਿ ਦਿਲ ਤਾਂ ਬੜਾ ਮੇਰੀ ਗੱਲ ਸੁਣ ਪੂਰੇ ਮਹੱਲੇ ਨੂੰ ਦੱਸਿਆ ਕਿ ਤਿੰਨ ਟਾਈਮ ਖਾਣਾ ਲੈਦਾ ਰਾਤ ਨੂੰ ਲੈਦਾ ਦੁਪਹਿਰੇ ਲੈਦਾ ਸਵੇਰੇ ਲੈਦਾ ਕਿਉਂਕਿ ਦਿਲ ਦਾ ਬੜਾ ਸਾਫ਼ ਆ ਬੈੱਡ ਸ਼ੀਟ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਕਿਉਂਕਿ ਦਿਲ ਦਾ ਬੜਾ ਸਾਫ਼ ਆ ਸ਼ੈਂਪੂ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਕਿਉਂਕਿ ਦਿਲ ਦਾ ਬੜਾ ਸਾਫ਼ ਆ ਇਹਨੂੰ ਤਲਾਕ ਤੋਂ ਆ ਕੇ ਛੋਟੀ ਧੀ ਦਾ ਉਹਨਾਂ ਵਿਆਹ ਕਰਨਾ ਕਿਉਂਕਿ ਦਿਲ ਦਾ ਬੜਾ ਸਾਫ਼ ਆ ਅੱਜ ਮੈਂ ਪਾਣੀ ਗਰਮ ਕਰਾਂ ਉਹ ਕਿਉਂ ਕਿਉਂਕਿ ਦਿਲ ਦਾ ਬੜਾ ਸਾਫ਼ ਆ ਮੈਂ ਕਰਨਾ ਜਾਨੂ ਜੀ ਮੈਂ ਨਾ ਅੱਬਾ ਜੀ ਦੇ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਛੱਡਦੀਆਂ ਓਨੀਆਂ ਛੱਡਣਾ ਜਾਣ ਜਿਹੜੀਆਂ 100 ਦਿਨ 'ਚ ਪੂਰੀਆਂ ਕਰ ਲਈਏ ਫਿਰ ਜੂ ਖਾਨ ਸਾਹਿਬ ਵਾਂਗੂ ਆਟਾ ਮਹਿੰਗਾ ਕਰਦੇ ਫਿਰਾਂ ਮੇਰੀ ਜ਼ਿੰਦਗੀ ਥੋੜ੍ਹਾ ਜਿਹਾ ਕੰਟਰੋਲ 'ਚ ਛੱਡਣੀਆਂ ਨੇ ਅੱਛਾ ਮੈਂ ਅੱਬਾ ਜੀ ਨੂੰ ਦੱਸਿਆ ਤੁਸੀਂ ਮੈਨੂੰ ਪੂਰਾ 100 ਤੋਲੇ ਸੋਨਾ ਪਾਇਆ ਸੈੱਟ ਸਾਡੇ ਕੋਲ ਜਿਹੜੀ ਮੱਝ ਹੈ ਨਾ ਉਹਨੂੰ ਅਸੀਂ ਸੰਗਲ ਨਹੀਂ ਪਾਇਆ ਉਹ ਵੀ ਹਮਸਾਇਆਂ ਦੇ ਸਾਡੇ ਨੂੰ ਪੁੱਠੀਆਂ ਜੱਫੀਆਂ ਪਾ ਰਹੀ ਜਾ ਨਾ ਕਰੋ ਜਾਨੂ ਜੀ ਉਹ ਗੱਲਾਂ ਛੱਡ ਦਿਓ ਮੈਂ ਦੱਸਿਆ 500 ਕਨਾਲ 'ਚ ਕੋਠੀ ਹੈ ਸਾਡੀ ਇਹ ਮੇਰੇ ਨਾਲ ਵਿਆਹ ਕੀਤਾ ਕਿ ਜਹਾਂਗੀਰ ਤਰੀਨ ਨਾਲ ਕੀਤਾ ਜੀ ਮੇਰੀ ਜਾਨ ਦੇ ਟੋਟੇ ਉਹ ਸਿਸਟਮ ਨਹੀਂ ਹੈਗਾ ਇਹਨਾਂ ਕੋਲ ਲੇਕਿਨ ਚਲੋ ਤੂੰ ਕਹਿ ਦਿੱਤਾ ਤੇ ਤੁਹਾਡਾ ਬਿਜ਼ਨਸ ਮੈਂ ਦੁਬਈ 'ਚ ਸ਼ਿਪਿੰਗ ਕੰਪਨੀਆਂ 'ਚ ਸ਼ੇਅਰ ਨੇ ਤੁਹਾਡੇ ਅੱਛਾ ਹਾਂ ਉਹ ਵੀ ਬੰਦਾ ਵਾਕਫ ਹੈ ਕੋਈ ਉਹ ਵੀ ਮੈਂ ਹੀ ਆ ਉਹ ਤੁਸੀਂ ਹੋ ਅੱਛਾ ਉਹ ਵੀ ਮੈਂ ਹੀ ਆ ਉਹ ਤੁਹਾਡਾ ਬਿਜ਼ਨਸ ਹੈ ਜੀ ਮੇਰੀ ਜ਼ਿੰਦਗੀ 'ਚ ਇੱਥੇ ਬਿਲਕੁਲ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੁਸੀਂ ਚਿੰਚੀ ਚਲਾਉਂਦੇ ਹੋ
ओके अमीर बच्ची ने मेनू अमीर कर दिता मेरा मतलब मैं ताड़ी बच्ची नू अमीर कर दिता अपने जहाज ने माशाल्लाह माशाल्लाह सत सत सवारियां बह जांदियां सत सत सौ सवारियां हां जब लोदे हुंदी है ना तुहानू पता ही है ना सत सवारियां जी जी सत सत सौ सवारियां सत सौ अच्छा सत सौ सवारियां टैंकी दे भी डालर साढ़े तो महंगा हो रहा मैं पीटीएल ने पूछा मैं डालर उत्ते तो जा रहा कहते एक दिन सारे ने उत्ते जाने इस करके उत्ते जा रहा जिंदगी चल दिया रहा चला चलिए मेरा पुत्र गरीब हो अपना पति दंदा चो ख्वाहिश पूरी कर जे ना मैं ख्वाहिश पूरी करा तो फिर गल करी मैं राम दस तू की आ मेरे जिन्ने भी दोस्त है सारे दे सोरे मर गए तू कल्ला जिंदा जवाई ना बदतमीजी जी ना सुन दे जवाई ना बदतमीजी जवाई ना बदतमीजी किसी कुत्ती ना सुन दे जवाई ना बदतमीजी चार सौ चलिया जवाई ना
ਬਦਬੀ ਦੀ ਓ ਪੁੱਤਰ ਸਮਝ ਕੇ ਚੁੰਮੀ ਲਈ ਪੁੱਤਰ ਸਮਝ ਕੇ ਓ ਪੁੱਤਰ ਆ ਤੇਰਾ ਓ ਮੇਰਾ ਭੈਣ ਨਾਲ ਵਿਆਹ ਕਰਾਤਾ ਹੀ ਭੈਣ ਨਾਲ ਕਰਾਤਾ ਹੀ ਵਿਆਹ ਓ ਮੈਂ ਭਾਂਜੇ ਜਮਾਂਗਾ ਹੁਣ ਭੈਣ ਨਾਲ ਕਰਾਤਾ ਹੀ ਓਏ ਹੁਣ ਛੋਟੀ ਭੈਣ ਨਹੀਂ ਛੋਟਿਆਂ ਕੇ ਰੋਈ ਦਾ ਨੀ ਹੁੰਦਾ ਉਹ ਦਿਮਾਗ ਗਰਮ ਹੋ ਜਾਂਦਾ ਨਾ ਕਸਮ ਐਸੀ ਗੱਲ ਕੋਈ ਨੀ ਮੇਰਾ ਦਿਮਾਗ ਗਰਮ ਹੋਏ ਨਾ ਹੋਵੇ ਮੇਰਾ ਪਿੰਡਾ ਗਰਮ ਹੋ ਗਈ ਨਹੀਂ 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 ਦੇਖੋ ਮੇਰੀ ਗੱਲ ਸੁਣੋ ਤੇ ਸਾਡੀ ਬੱਚੀ ਏ ਸਾਲੀਆਂ ਵੀ ਧੀਆਂ ਭੈਣਾਂ ਹੁੰਦੀਆਂ ਨੇ ਠੀਕ ਹੈ ਨਾ ਕੋਈ ਪੈਸੇ ਚਾਹੀਦੇ ਹੋਣ ਵਿਆਹ ਵਾਸਤੇ ਤੁਸੀਂ ਮੈਨੂੰ ਦੱਸਣਾ ਜੇ ਉਹ ਸਾਨੂੰ ਨਹੀਂ ਚਾਹੀਦੇ ਉਹ ਤੇਰੇ ਪੈਸੇ ਜਵਾਈ ਨੂੰ ਨਾ ਜਵਾਈ ਨੂੰ ਨਾ ਜਵਾਈ ਨੂੰ ਨਾ ਕਰ ਰਿਹਾ ਉਹ ਚਾਹੀਦੇ ਨੇ ਹੁਣ ਜਵਾਈ ਪੈਸੇ ਦੇਣਗੇ ਜਵਾਈ ਹੁਣ ਪੈਸੇ ਦੇਣਗੇ ਇਹ ਕਿਉਂ ਪੈਸੇ ਮੰਗ ਰਹੇ ਆ ਕੀ ਹੋਇਆ ਜੀ ਕੌਣ ਗਾਈ ਹੈ ਮੈਂ ਵੀ ਹੱਸਣ ਦੇ ਆ ਜੈ ਤੁਹਾਡਾ ਸੋਹਰਾ 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 ਤੋ ਜੋ ਇਤ ਮਾਮ ਮੇਰਾ ਭਣਵਈਆ ਆ ਗਿਆ ਉਹ ਚਮੂਣੇ ਕੀ ਹਾਲ ਆ ਤੇਰਾ ਸਹੀ ਆ ਭਣਵਈਆ ਜੀ ਆ ਬੜਾ ਗੱਲ ਚ ਮਫਰਲ ਪਾਇਆ ਬੰਦੇ ਨਵਾ ਕੇ ਕੱਢ ਲੈ ਉਹ ਜਵਾਈ ਨੂੰ ਚੁਗਾ ਦੇ ਉਹ ਕਿਸੇ ਜੀ ਨੂੰ ਖੜ ਗਏ ਆ ਬਾਬਾ ਜੀ ਜਵਾਈ ਨੂੰ ਚੁਗਾ ਦੇ ਬਾਬਾ ਜੀ ਜਵਾਈ ਨੂੰ ਚੁਗਾ ਦੇ ਕੀਤੀ ਉਹਨੇ ਕਿੰਨੇ ਕੀਤੀ ਹੈ ਮੇਰੀ ਮਰੀ ਮਾਂ ਦੀ ਕਸਮ ਉਹਨੇ ਕੀਤੀ ਉਹ ਜਵਾਈ ਨੂੰ ਜਵਾਈ ਨੂੰ ਹੁਣ ਜਵਾਈ ਵੀ ਚੁਗਤ ਕਰੇਗਾ ਕੌਣ ਕਰ ਸਰ ਜੇ ਮੈਨੂੰ ਆਉਂਦੀ ਨਹੀਂ ਮੈਨੂੰ ਯਾਦ ਕਰ ਲੈਂਦੇ ਇਹਦਾ ਮੂੰਹ ਇੰਜ ਹੁੰਦਾ ਇਹਦਾ ਮੂੰਹ ਇੰਜ ਹੁੰਦਾ ਜਿਵੇਂ ਤਿੰਨ ਪੱਖਿਆਂ ਵਾਲਾ ਫਰ ਹੁੰਦਾ ਉਹ ਜਵਾਈ ਨੇ ਚੁਗਤ ਕੀਤੀ ਤੁਸੀਂ ਹੱਸੇ ਅੱਛਾ ਹੀ ਨਹੀਂ ਜਵਾਈ ਦੇ ਹਸਰੇ ਜੇ ਜਵਾਈ ਦੇ ਹਸਰੇ ਜੇ ਇਹ ਜਵਾਈ ਦੇ ਚੱਲ ਤੂੰ ਚਲੀਏ ਅਸੀਂ ਮੈਂ ਨਹੀਂ ਬੋਲਣਾ ਚੱਲ ਚਲੀਏ ਅਸੀਂ ਜਵਾਈ ਘਰ ਹੈ ਕੁਛ ਖਾਣ ਲਈ ਕੁਛ ਵੀ ਨਹੀਂ ਗਾ ਤੂੰ ਸੁਣੇ ਤੇ ਫੇਰ ਕੀ ਹੈ ਛੋਟਾ ਗੋਸ਼ਤ ਪੱਕਾ ਸਵੇਰ ਦਾ ਲਾਹੌਰ ਆਇਆ ਜਵਾਈ ਖੋਤਾ ਕਿਉਂ ਨਹੀਂ ਪਕਾਇਆ ਖੋਤਾ ਕਿਉਂ ਨਹੀਂ ਪਕਾਇਆ ਅੱਲਾ ਦੀ ਕਸਮ ਖੋਤਾ ਹੀ ਪੱਕਾ ਹੀ ਅੱਛਾ ਜਵਾਈ ਖੋਤੇ ਖਾਣ ਗਏ ਹੁਣ ਜਵਾਈ ਇੱਥੇ ਖੋਤੇ ਖਾਣ ਆਏ ਨੇ ਜੇ ਕੁੱਤੀ ਰਹਿਣ ਦੇ ਆ ਕੀ ਹੈ ਅੱਲਾ ਉਤਰੀ ਮਾਂ ਦੇ ਆ ਬੱਚਿਆ ਤੂੰ ਤਾਂ ਕਹਿੰਦਾ ਸੀ ਸਹੁਰੇ ਦੀ ਬੜੀ ਇੱਜ਼ਤ ਹੋਏਗੀ ਤੂੰ ਕੌਣ ਹੈ ਬਈ ਹੌਲੀ ਬੋਲ ਜਵਾਈ ਆਇਆ ਈ ਮੈਨੂੰ ਅੱਲਾ ਤਾਲਾ ਦੇ ਕਰਮ ਨਾਲ ਤੁਸ਼ਾਰਾ ਭਾਰ ਨਹੀਂ ਸਾਨੂੰ ਬੜਾ ਭਾਰ ਹੀ ਉਹਦਾ ਜਨਾਬ ਤੁਸੀਂ ਮੀਟਰ ਨੂੰ ਕੀ ਕੀਤਾ ਕੁਛ ਵੀ ਨਹੀਂ ਤੁਹਾਡਾ ਮੀਟਰ ਸਲੋ ਚੱਲ ਰਿਹਾ ਇਹਨੂੰ ਚੈੱਕ ਆਪ ਕਰੋ ਮਰੋ ਆ ਮਹੀਨੇ ਬਾਅਦ ਫੁਰਲੂ ਜਿਹਾ ਬਣਾ ਕੇ ਬੂਹੇ ਤੇ ਥੱਲੋਂ ਤੁਲ ਕੇ ਜਾਂਦੇ ਹੋ ਇਹਨੂੰ ਚੈੱਕ ਕਰਨਾ ਵੀ ਤੁਹਾਡੀ ਡਿਊਟੀ ਹੈ ਨਾਲੇ ਮੈਂ ਸਰਕਾਰੀ ਅਫੀਸਰ ਆ ਮੈਂ ਨਹੀਂ ਟੈਂਪਰਿੰਗ ਕਰਦਾ ਸਰਕਾਰੀ ਬੰਦੇ ਦਾ ਇਹ ਮਤਲਬ ਨਹੀਂ ਕਿ ਗਵਰਨਮੈਂਟ ਨੂੰ ਹੱਥ ਲਵੇ ਇਹ ਕਾਨੂੰਨੀ ਤੌਰ ਤੇ ਜੁਰਮ ਜੇ ਫੈਮਿਲੀ ਸਮੇਤ ਅੰਦਰ ਹੋ ਜਾਓਗੇ ਇਹ ਨੋਟਿਸ ਪੜੋ ਇਹ ਕਿਹੜਾ ਨੋਟਿਸ ਹੈ ਦੋ ਬਨਾਨਾ ਤਿੰਨ ਕੱਛੇ ਪਾਈਆ ਟਮਾਟਰ ਮੁਰਗੀ
ਸਾਲਿਆ ਘਰ ਦੀ ਚਿੱਠ ਸਾਡੇ ਲੈ ਆ ਤੁਹਾਨੂੰ ਇਸ ਵੇਲੇ ਆ ਰਹੀਆਂ ਨੇ ਗੱਲਾਂ ਜਦੋਂ ਜਦੋਂ ਤੁਸੀਂ ਫੜੇ ਜਾਓਗੇ ਨਾ ਤੁਹਾਨੂੰ ਚੈੱਕ ਕਰ ਰਹਾ ਹਾਂ ਗੱਲਾਂ ਹੁਣ ਇਹ ਕੌਣ ਹੈ ਏ ਮੀਟਰ ਚੈੱਕ ਕਰਨ ਵਾਲਾ ਤੇ ਜਵਾਈ ਦਾ ਤਾਰਫ ਨਹੀਂ ਕਰਾਇਆ ਤਾਰਫ ਕਿਉਂ ਨਹੀਂ ਕਰਾਇਆ ਮੇਰੀ ਬਰਦਾਸ਼ਤ ਕੀ ਸੰਦਰੇਗੀ पहले उनसे रोल डिस्कस करता हूं फिर उनको रिहर्सल करवाता हूं जो शख्स जो अदाकार जिस रोल पे फिट होता है उसे कास्ट करता हूं नो कॉम्प्रोमाइज नो सिफारिश सर मैं खुद इस चीज का कायल हूं अगर ऐसा होना शुरू हो जाए तो फिल्म अच्छी बनने लग जाएगी सर सर जब आप सिफारिश को लेकर आते हैं ना वो आपके पूरे सब्जेक्ट का बेड़ा गर्क कर देते हैं मेरा मानना है सर कि आप चाहे जितनी मर्जी बड़ी कास्ट ले लें चाहे जितनी मर्जी बड़ी लोकेशन ले ले चाहे जितनी मर्जी बड़ी आप जाके मतलब प्रॉप्स इकट्ठी कर ले जब तक आपकी कहानी मजबूत नहीं होगी सर फिल्म अच्छी नहीं बन सकती सर जीरा अच्छा सर बहुत खूब तुम्हारा ज़ेहन बहुत अच्छा है तुम्हारा और मेरा ज़ेहन मिलेगा तो फिल्म इंडस्ट्री में एक नई बुनियाद रखी जाए सर हम ऐसा करते हैं ना बिल्कुल मैं अपनी कार साथ लेकर भाई मैं सब बता देता हूँ अभी आपसे इंट्रोड्यूस करवाता हूँ सबसे पहले हमारी फिल्म का हीरो साबर अली जी मलिक साहब इनसे मिलिए साबर अली गागा 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 प्यार से कहते हैं साबर अली कौन है ये हमारी फिल्म के राइटर है मैं इसने फिल्म लिखी है यस कौन सा प्रोजेक्ट डेट हुआ इसका किसके साथ काम किया मलिक साहब इससे पहले न्यू कमर हैं क्या हो गया ओ मलिक साहब आप इतने बड़े फिल्म साज और एक मामूली से राइटर को लेके फिल्म बना रहे हैं सर नहीं आप लाइन देखें आप ये ना देखें एक्सक्यूज मी मैन एक्सक्यूज मी एक आधी फिल्म लिखने से कोई राइटर नहीं बन जाता मैंने 50 फिल्में की और आपने पहली भी तो की होगी ना कभी यार मुझ पे गेट्स थे पहली फिल्म ही सुपर हिट थी मैंने भी गेट्स थे तो मैंने लिखी है मुझे नहीं नजर आ रहा कोई बात नहीं यार सुपरस्टार वो सब कर रहा है इस तरह बेइज्जती थोड़ी करते हैं मसरूफ तरीन ने होने चावे की मशहूरी करके आ रहे हैं लेकिन इस तरह से किसी को बेइज्जत करना ये कोई अच्छी बात थोड़ी है सर बात सुनो तुमने फिल्म लिखी कैसे ऐसे लिखी था साहब इसे क्या हो गया आपको सेंस ही नहीं है इसे नहीं सेंस वाली कौन सी बात आप बेइज्जती कर रहे सेंस आपको है हेलो सीनियर्स के साथ बात करने की तमीज नहीं है तुम्हें सीनियर बड़े पर भाई अपनी आवाज में नहीं जगराता कटे है आप हीरो बने आवाज लगा नींद नहीं पूरी हुई एक क्रिएटिव लोगों का काम है मुझे पता है क्रिएटिव लोगों का काम है मलिक साहब ये मुझे बातें कर रहा है ये क्रिएटिव लोगों का काम है मलिक साहब आप इसे समझाया नहीं है क्या समझाया नहीं सब समझाया उन्होंने मुझे लगता हूँ ये बासी भी लेगा मैंने 50 फिल्में की हैं अभी मैं पहली फिल्म की हुई है मलिक साहब ये मेरी इंसल्ट हो रही है मैं जा रहा हूँ क्या हो गया आपको आज का नया राइटर मुझे बातें कर रहा है अभी देखना मैं पुराना हो जाऊंगा अदनान समी का पुत्र लग रही है अदनान समी भी इस तरह गाँव ना चैन मुझे अब आए ना तेरे बिना
भाई साहब जल्दी करें, मुझे देर हो गई। क्या हो गया? मैं अभी बात तो करिए साहब। आगे से नकली उतारे हैं भाई? आगे से उतार दे, पीछे से कौन नहीं उतार? 75 लाख रुपया लिया हमने, आड़ू की मशहूरी करके आ रहे ने। सर और कौन है? ओ, आपकी फिल्म में जो फिल्म साज का रोल है, वो मैंने पाकिस्तान फिल्म इंडस्ट्री का एक ऐसा एक्टर उसको अपनी फिल्म में रखा है जिस फिल्म में आज एक फिल्म सुपरहिट हो जाती है। वाह, और आजकल तो वैसे ही उनकी फिल्म सुपरहिट है। मैं बुलवाता हूँ। आइए ना सर। आ जाइए अहमद मिठू साहेब। अहमद मिठू, अस्सलाम वालेकुम। वाह, हेलो सर, आप कैसे? अल्हम्दुलिल्लाह। और फिल्म में काम कर लापे? नहीं, मैं तो पहले से फिल्मों में काम कर रहा हूँ। अच्छा अच्छा, चलो शुक्र मान गए। अहमद मिठू। अहमद मिठू की जी? मिठू, मिठू। हाँ जी। मैं क्या जी जी मियाँ बाहर भेज के दिया, मिठू हो गए। तो ये स्टोरी आपने लिखी है? जी मैंने लिखी है। गुड, नाम अच्छा, नाम अच्छा ना था। बताया, इन्होंने भी कह सकता मियाँ मिठू हुकूमत खानी। मेरे पास आई है, मेरे पास आई है यहाँ पे। फिल्म आपने लिखी? मैंने लिखी सर। गुड, नए लोगों को लिखना चाहिए। मैं ये चाहता हूँ कि मेरे सीन बहुत अच्छे होने चाहिए। सर आपके सीन अच्छे नहीं भी होंगे, आपने बना लेने। आपका सीन को बुरा कर सकता है। लेकिन लिखेंगे तो आप ही ना। आपको तो सीन बना बनाया मिलता है सर। मैं ये चाह रहा हूँ कि जरा दमदार सीन होने चाहिए, ऐसे जान वाले, बाइंडअप जरा खूबसूरत होना चाहिए। यू नो मेरे पास इतना ज्यादा टाइम नहीं है, बिजी बहुत हूँ मैं। ओके ओके, तो प्लीज। हाँ ठीक है मलिक साहब, जल्दी कर ले, मैंने शूटिंग पे भी जाना है। तू पहले उतर हो जा। रूस जाएंगे? रूस चला जाए, मेरे को चाइना चला जाए। अच्छा रूट जाएंगे, रूस जाएंगे। अच्छा फिल्म के लिए जो मेन हीरोइन का रोल है, हमारी पाकिस्तान फिल्म इंडस्ट्री की बहुत बड़ी अदाकारा है। वाह, मैं कहता हूँ हर फिल्म में वो होती है, हर फिल्म में। सर ऐसी फिक्र में चाहिए जिसको साथ काम भी आता हो। आप बिल्कुल फिक्र नहीं करेंगे उनको कास्ट करके बाद। अच्छा। मैं बुलवाता हूँ, आ जाइए फिल्म स्टार। वंडरफुल, बिल्कुल यही फिक्र चाहिए सर, ऐसी ही लड़की चाहिए फिल्म के अंदर हमें। कैसी है आप निगाह? अल्हम्दुलिल्लाह मलिक साहब, आप ठीक है? पहुंचने में प्रॉब्लम तो नहीं? नहीं, बिल्कुल इजी है। गुड गुड, खुद रिक्शा चलाया या ड्राइवर है? यानी कि गाड़ी खुद लेके आई है या ड्राइवर के साथ है? नहीं नहीं, खुद लेके आई। ओह गुड, इनसे मिलिए, ये हमारी फिल्म के राइटर है। ए डड्डू दे मुंह वाला। नहीं नहीं भरा है अपना, मेरे ते अभी पाई जाने तनु गया मैं डड्डू। तुम्हें कह रही है? तुम्हें कह रही है? ओके मलिक साहब जी जी, तुम्हें की हो गया, तुसे किन्नू रख ले, इनकी शक्ल है ऐसे फिल्म बनाल वाली? नहीं तो फिल्मा दा मुंह ना की ताल्लुक है? वेखो सार कादरी ते ना काम करी गया। एडे भूल वेखो, इने लगदे पिंग दे तो झूठा ला रहा हुंदा बंदा। वो अपना झूठा ला निकलने वाली गल कर। देखो देखो मलिक साहब कितनी बदतमीजी कर रहा है, ऊठ दे मुंह वाला। हैं? पागल ओने रुस के चल जाना, मैडम ने हुने कमर्शियल किया 50 लाख रुपया लिया। खसम छोड़ दूंगी, एरियल नहीं छोड़ूंगी। बच्चे का स्कूटर है। लाल काफर का बच्चा है, बार बार अल्लाह माफ करे, मैं गुनाह कर बैठा। मैडम है वो, प्लीज। अच्छा वैसे आपस की गल ए दस, तो फिल्म लिखी किस तरह? मैं तले पेपर रख के ना, ए पीछे से ही लागे ए कर दे। केते बहुत बुरी गल है, बहुत बुरी गल है। ए तुसी एने फिल्म लिखोगे ते पूंजे पा दोगे? असि ते पूंजे पाने, तुस ते सारे पूंजे पाते। मलिक साहब
ਬੰਦਾ ਫਿਲਮੀ ਇੰਜਨ ਕਰਕੇ ਲਿਖਦਾ। ਤੁਸੀਂ ਨਾ ਲਿਖੋ, ਤੁਸੀਂ ਦੋ ਲਿਖ ਦੇਣੀਆਂ ਨੇ। ਉਹਨੇ ਅੱਗੇ ਕੀ ਕਰਨਾ ਹੈ? ਕਿਆ ਹੋ ਗਿਆ ਨਿਗਾਰ, ਨਿਊ ਕਮਰ ਹੈ? ਜਬ ਆਪ ਨਹੀਂ ਆਈ ਥੀ ਤਬ ਕਿਸੀ ਨੇ ਬਾਤ ਕੀ ਥੀ? ਹਾਂ ਮਲਿਕ ਸਾਹਿਬ, ਹਮਨੇ ਵੀ ਬੜੀ ਸਟਰਗਲ ਕੀ ਹੈ। ਕਹਾਂ ਸਟਰਗਲ ਕੀ ਹੈ, ਯਾਦ ਕਰੇ ਆਪ, ਜਬ ਵੀ ਆਪਕੋ ਫਿਲਮ ਨਹੀਂ ਦੇਤਾ ਆਪ ਸਾਊਦੀ ਅਰਬ ਸੇ ਹਾਜੀ ਸਾਹਿਬ ਕਾ ਫੋਨ ਕਰਵਾ ਦੇਤੀ ਹੈ। ਹਾਜੀ ਤੇਲ ਆ ਲਾ, ਨਹੀਂ ਬਗੈਰ ਤੇਲ ਆ। ਤਿਆਰੀ ਕਰਦੀ ਆ, ਇੱਥੇ ਕੰਜਰ ਖਾਨਾ ਨਹੀਂ ਹੋਣਾ, ਇੱਥੇ ਨਾਚੇ ਟਾਪੇ ਨਹੀਂ ਹੋਣੇ, ਇੱਥੇ ਕੋਈ ਐਸਾ ਬਣਾ ਕਰੇ। ਮੈਂ ਤੁਹਾਨੂੰ ਦੱਸ ਦਿੱਤਾ ਜੇ, ਚੱਲ ਕੰਮ ਕਰ। ਉਹ ਮੈਂ ਤੁਹਾਨੂੰ ਦੱਸ ਦਵਾਈ ਦੇ ਦੂੰ, ਇੱਥੇ ਕੰਜਰ ਖਾਨਾ ਨਹੀਂ, ਚੱਡਾ ਸਾਹਿਬ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ। ਹੈਲੋ, ਕੌਣ ਹੋ ਤੁਮ? ਦੇਖੋ ਤੁਸੀਂ, ਮੈਂ ਬਗੈਰ ਤੇ ਨਹੀਂ ਹੁੰਦਾ ਨੀ ਇੱਥੇ। ਚੱਲ ਏਡਾ ਤੂੰ ਆ, ਇੱਥੇ ਕੋਈ ਡਾਇਲੌਗ ਡੁਲਗ ਤਾਂ ਮੈਂ ਦੱਸਾਂ, ਜੋ ਵੀ ਹੈ ਇੱਥੇ ਨਾਚਾ ਟਾਪਾ ਨਾ ਹੋਵੇ ਤੇ ਇਹ ਨਾ ਸਮਝੋ ਕਿ ਜਵਾਈ ਆਇਆ, ਸਮਝੋ ਤਹਿਰੂ ਕਾਦਰੀ ਆਇਆ। ਮਰੇ ਉਹਦੇ ਏਡੇ ਨਾਈਸ ਨੇ, ਇਹ ਕੌਣ ਹੈ? ਯੇ ਕੌਣ ਹੈ ਆਪ ਪੁੱਛ ਲੋ ਜਾ ਵੀ ਮੁਝੇ। ਓ ਓ ਭਾਈ, ਓ ਭਾਈ, ਓ ਭਾਈ, ਓ ਭਾਈ, ਗਾੜੀ ਰੋਕੋ, ਮਰ ਜਾਏਗੀ ਭਾਈ। ਓਏ ਹੋਏ, ਨਹੀਂ ਭਾਈ, ਗਾੜੀ ਰੋਕੋ, ਨਹੀਂ ਮੇਰੀ ਸ਼ੀਤਲ ਮਰ ਜਾਏਗੀ। ਓ ਭਾਈ, ਓ ਭਾਈ, ਇਹ ਕਿਆ ਐਡਾ ਬੇਸ ਵਾਲਾ ਦਲੀਪ, ਕਿਆ ਬੋਲ ਰਹੇ ਹੋ ਯਾਰ? ਯਾਰ ਕਿਆ ਸੁਣ ਰਹੇ ਹੋ ਯਾਰ? ਨਕਲ ਨਹੀਂ ਲੱਗ ਰਿਹਾ ਸਰ, ਇਹ ਬਾਤਾਂ ਬਹੁਤ ਕਰਦਾ ਆਗੇ। ਆਪ ਵੀ ਛੋੜ ਦੇ। ਅੱਛਾ ਸਰ, ਇੱਕ ਬੰਦਾ ਹਮੇ ਚਾਹੀਏ ਜੋ ਇਨਕੇ ਸਾਥ ਸਿਕਿਉਰਿਟੀ ਗਾਰਡ ਹੋਗਾ, ਹਮਨੇ ਇਨਕਾ ਜ਼ਰਾ ਥੋੜਾ ਜ਼ਰਾ ਗ੍ਰੇਂਜਰ ਦਿਖਾਨਾ, ਵੋ ਹਮ ਮੁੱਛਾਂ ਜ਼ਰਾ ਉਨੋਦੀਆਂ ਤੇ ਨਾਲ ਗਨ ਮੈਨ ਫੜੀ ਹੋਵੇ। ਸਟੂਡੀਓ ਮੇ ਬਹੁਤ ਹੈ, ਵਹਾਂ ਸੇ ਰੱਖ ਲੇਂਗੇ। ਓਕੇ ਓਕੇ। ਮੈਨੇ ਫਿਲਮ ਕੇ ਲੀਏ ਨਈ ਸ਼ਾਇਰਾ ਜੋ ਗਾਣੇ ਲਿਖੇ। ਸਰ ਇਸਮੇ ਗਾਣੇ ਬਾਣੇ ਨਹੀਂ ਹੈ, ਇਸਕੇ ਅੰਦਰ ਜਿਤਨੀ ਵੀ ਸ਼ਾਇਰੀ ਹੈ ਨਾ ਸਰ, ਵੋ ਸਾਰੀ ਸ਼ਾਇਰੀ ਜੋ ਨਾ ਲਿੰਕਡ ਹੈ। ਹਮੇ ਸਰ ਵਰਡਿੰਗ ਵਾਲੀ ਚਾਹੀਏ, ਆਹ ਮਤਲਬ ਮਿਆਰੀ ਸ਼ਾਇਰੀ ਚਾਹੀਏ ਇਸਮੇ ਸਰ। ਓਵਰਲੈਪਸ ਕੁਛ ਹੈ ਇਸਕੇ ਅੰਦਰ, ਦੋੜੇ ਹੈ। ਮੈਨੇ ਜੋ ਲੜਕੀ ਕਾਸਟ ਕੀ ਹੈ ਵੋ ਆਕਸਫੋਰਡ ਕੀ ਪੜ੍ਹੀ ਹੈ। ਏਕ ਸਿਰਫ ਇਸਕੇ ਅੰਦਰ ਜੋ ਆਪਣਾ ਵੋ ਆਈਟਮ ਸੌਂਗ ਹੈ, ਹਾਂ ਵੋ ਜੋ ਇਸਕੇ ਲਈ ਵੀ ਲੜਕੀ ਕੀ ਹੋਈ ਹੈ, ਉਸਕੇ ਲਈ ਅਲੱਗ ਆਪਣਾ ਸ਼ਾਇਰ ਲੈ ਲੇਂਗੇ। ਹਾਂ ਮੈਂ ਸ਼ਾਇਰਾ ਕੋ ਬੁਲਵਾ ਜੀ, ਬੁਲਾ ਲਈ ਮੈਂ ਬੁਲਵਾ। ਆ ਜਾਈਏ ਪੀਨੋ ਫਰੂਕੀ, ਵਾਓ ਵੈਰੀ ਨਾਈਸ, ਐਸੀ ਚਾਹੀਏ ਥੀ। ਕੀ ਬਾਤ ਹੈ, ਕੀ ਬਾਤ ਹੈ ਸਰ। ਪੀਨੋ ਜੀ, ਇਨਸੇ ਮਿਲੀਏ, ਇਹ ਹਮਾਰੇ ਰਾਈਟਰ ਹੈ ਫਿਲਮ ਕੇ। ਇਹ ਰਾਈਟਰ ਹੈ? ਯੈਸ। ਕੀ ਹੋਇਆ ਮੈਨੂੰ? ਵੈਸੇ ਪੁੱਛ ਰਹੀ ਹੋਊਂਗੀ। ਹਰ ਬੰਦਾ ਆ ਗਿਆ। ਵੈਸੇ ਕਹਿ ਰਹੀ ਹਾਂ, ਪੁਲਫੀ ਜੀ ਵੀ ਆ ਕੇ ਮੈਨੂੰ ਕਹਿੰਦੀ ਹੈ ਤੂੰ ਮੇਰੇ ਤੇ ਪਾ ਦੇ, ਤੂੰ ਕਿਹਾ ਹੈਗਾ ਇੱਥੇ ਕੀ ਪਾ ਦੇ ਕੱਲ? ਮੇਰੀ ਬਾਤ ਸੁਣੇ, ਆਪ ਫਿਲਮ ਲਿਖ ਤੋ ਲੈਤੇ। ਮੈਂ ਟੁੰਡਾ ਮੇਰੇ ਹੱਥ ਪਿੱਛੇ ਨੂੰ? ਮੈਡਮ ਇਹ ਹੀ ਲਿਖਦੇ ਨੇ, ਆ ਬਾਥਰੂਮ ਵੀ ਇਹਨਾਂ ਨੇ ਲਿਖੇ ਆ। ਸਹੀ ਕਹਿ ਰਹੇ, ਸਹੀ ਕਹਿ ਰਹੇ ਜੀ ਮੈਡਮ। ਮੈਂ ਸ਼ਾਇਰ ਆਈ ਹਾਂ। तो आप फिल्म के लिए ओवरलैप्स लिख लें कुछ? जी बिल्कुल। मुझे लग रहा है कि जिस तरह की आपकी हालत है माशाल्लाह, बहुत अच्छा लिखेंगी। बिल्कुल। हमें लफ्ज़ जो है ना वो चाहिए ऐसे जिनका कोई मकसद हो, मकसद शायरी चाहिए हमें, हमें फजूल लचरपन वाली शायरी नहीं चाहिए। आप मुझे मूवी की सिचुएशन बताइएगा, मैं उस हिसाब से शेर दौड़ा कुछ भी जो। अभी सारी कास्ट मुकम्मल होती है ना, मैं सबको बारी बारी रोल भी बता दूंगा और साथ साथ सिचुएशन बताता जाऊंगा। जहाँ पर सॉन्ग आएगा, जहाँ पर दौड़ा आएगा, जहाँ पर ओवरलैप आएगा, वो आपने नोट कर लेना। राइट, ओके। मैं वो आइटम सॉन्ग के लिए लड़की को बुलवा। जी सर, बुलाइए। ਚੀਤਾ ਟੁੰਡੀ, ਮੇਰਾ ਨਾ ਦੱਸਣਾ ਨਹੀਂ ਹੈ, ਇੱਜ਼ਤ ਕਰੇਗੀ? ਨਹੀਂ ਮੈਨੂੰ ਪਤਾ ਨਾ, ਇਹ ਹਮਾਰੀ ਫਿਲਮ ਕੇ ਰਾਈਟਰ ਚਾਰ ਹੈ, ਮੁੰਡਾ ਤੁਹਾਡੇ ਲੈਣਾ ਹੈ। ਓਏ ਨਹੀਂ, ਆਪ ਰਾਈਟਰ ਹੈ? ਜੀ ਮੈਂ ਰਾਈਟਰ। ਆਪ ਲਿਖਤੇ ਹੈ? ਹਾਂ ਹਾਂ। ਸੀਰੀਅਸਲੀ? ਮੈਂ ਕਿਹਾ ਸੀ ਨਾ। ਨਹੀਂ ਕਿਵੇਂ ਲਿਖ ਲੈਂਦੇ ਹੋ? ਨਹੀਂ ਨਹੀਂ ਮੈਡਮ, ਇਹ ਬਹੁਤ ਅੱਛੇ ਰਾਈਟਰ ਹੈ, ਇਹਨਾਂ ਨੇ ਆਪਕੇ ਲਈ ਬਹੁਤ ਅੱਛਾ ਰੋਲ ਲਿਖਾ ਹੈ। ਅੱਛਾ, ਮੇਰੇ ਵਾਸਤੇ ਇਹਨਾਂ ਨੇ ਰੋਲ ਲਿਖਿਆ ਹੈ? ਯੈਸ ਯੈਸ। ਤੁਹਾਨੂੰ ਇਜਾਜ਼ਤ ਕਿਹਨੇ ਦਿੱਤੀ ਲਿਖਣ? ਅੱਛਾ, ਇਹ ਜਿਹੀਆਂ ਔਰਤਾਂ ਨਾ
सर्कस शेर शुद्ध कर दी ऐसी बात नहीं करनी ठीक है ना मैं एक मॉडल हूँ ओके 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 आप ऐसा करें रोल चॉइस करें और इनको जो जो रोल है वो समझा मैं आपको समझाता जाता मुझे ये जो फिल्म है ना ये एक राइटर पे बेस कर रही है फिल्म का एक राइटर है वही इसका हीरो है आप इस समय राइटर वाला रोल कर रहे हैं और हीरो हैं ओके और ये आपकी लवर है डन अभी आपके कहानी बहन का कुछ सोचाने के लिखने का आपकी मोहब्बत शुरू हुई है आप यूनिवर्सिटी दौर में है आप एक पार्क में बैठते हो आपके पास चिप्स पड़ी है थोड़ी सी चीजें पड़ी है जूस पड़ा है आप लिख रहे हो पढ़ रहे हो ये लड़की जो है ना ये भी वहां पर पढ़ रही है इसको वहां के जो लड़के हैं वो तंग करते हैं कोई नंबर मांगता है कभी तो कहता है कि आप सिंगल हैं मैं भी सिंगल हूँ क्यों अपना नंबर तो दो ये वो ये बड़ी तंग है ये आपको देखती है आप कभी भी इसको ऐसा कुछ नहीं कहते आप इसको ना डिस्टर्ब करते हो अगर ये कभी आपके सामने से गुजरती भी है तो आप बॉदर नहीं करते ओके ये समिति की याद में बहुत अच्छा है तो ये आगे आपके पास बैठती है नोट्स के बहाने के हमने एक दूसरे के साथ शेयर करते हैं ये वो आपके साथ दो चार बातें कि आपने फिर भी इसको कुछ ऐसा नहीं फील होने दिया कि आपके दिल में कुछ है ओके तो ये कहती आप इस तरह की बात क्यों नहीं करते आप कहते हो मैं अपने काम से काम रखता हूँ इसको ये चीज अट्रैक्ट करती है उसके बाद जो बात मतलब लबों पे आनी चाहिए दिल में जो बात चल रही है वो आंखें समझाना शुरू कर देती है आप एक दूसरे को देखते हो आप देखते हो तो आपके मन में जो बातें हैं वो वेव्स जो है एक दूसरे को ट्रांसफर हो रही है मोहब्बत चल रही है यहाँ पर हमें एक ओवरलैप इसमें क्या दौड़ा आएगा वाह 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 क्या आमद हुई है पेश करूं जी 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 बारी बरसी खटन के आते खटके ले आंदी कई गुड गुड बारी बरसी खटन के आते खटके ले आंदी कई मैं अंब चूपन ले गई ते बाग च फड़ी गई इहदा ऑक्सफोर्ड छतरे बने आपने देखे फिल्म करनी है जिंदगी थोड़ी गुजारनी अगर यही बात वो करे तो बुरी बात है ना भूल गई हो वो वक्त निकाल जब मैं नहीं आई थी मेरे आगे पीछे घूमती थी सर मुझे काम करवाए मैंने आपके साथ फिल्मों में काम करना है भूल गई वो टाइम देखे इसके मुंह से कितनी स्मेल आ रही है मैंने लगा हीरो ने पुरानी जराबा जेब ची पाई इधर आओ हाँ जी ये सुंगो आ रही है स्मेल आ रही सर झूठ बोल रहा है अच्छा अब आपने क्या करना है कि आप दोनों की मोहब्बत जो है वो शुरू हो गई अच्छा अब इजहार हो गया आप दोनों इन्वॉल्व हो गए अब आपके घर वालों को पता चल गया जैसे ही आपके घर वालों को पता चला कि आप किसी के साथ इन्वॉल्व हो गई हो आपके घर वालों ने आपकी जो एजुकेशन खत्म कर दी आपको कमरे में बंद कर दिया अच्छा। उन्होंने कहीं आपकी शादी और करने का इरादा रखा हुआ था अब आप कमरे में बंद हो हीरो भी तंग हो रहा है आप भी तंग हो रही हो आपका मोबाइल चोबाइल सब नेटवेट बंद कर दिया उन्होंने एक दिन ये रात को दीवार फिलांग के आपके घर आया अचानक आपके बेडरूम में आप इसको देख के शॉक हुई कि ये क्या इसने कहा कि मैं दुनिया के रस्म रिवाज को नहीं मानता मैं अपनी मोहब्बत को चाहता हूँ मैं अपनी मोहब्बत को हासिल करना चाहता हूँ चलो मेरा साथ दो ठीक है इसने तुम्हारा हाथ पकड़ा और भागने के लिए मजबूर किया है तुम्हें वाह 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 क्या शेर याद आया क्या शेर याद आया अखा विच अखा पाके हस बलिए वाह अखा विच अखा पाके हस बलिए चुक मादा जेवर दोवे नस चलिए उसके बाद आप दोनों घर से भाग गए एक स्ट्रगल है घर वाले आपको ढूंढ रहे कभी यहाँ कभी वहां सारा हो रहा है अचानक आप पकड़े गए अब आप पकड़े गए तो घर वालों ने फैसला कर लिया कि चलो इनकी शादी कर देते हैं अब आप दोनों की शादी हो रही है उस शादी में एक शादी से एक दिन पहले एक आपकी नोक जो है ना वो कहते हैं कि लड़ाई प्यार मोहब्बत वाली हाँ मोहब्बत वाली लड़ाई हाँ यहाँ पर हमें एक चीज चाहिए कोई ओवरलैप हाँ क्या ओवरलैप जेन में आई है वाह 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 उठ ही जाके करेंगे जाओ 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 अपनी सीट पे बैठ करो
ਮਾਇਆ ਕੁਕੜੂ ਕੁੜੂ ਮਾਇਆ ਪਹਿਲੇ ਤੈਨੂੰ ਮੈਂ ਕੁੱਟਾਂਗੀ ਫਿਰ ਕੁੱਟੀ ਮੈਨੂੰ ਤੂੰ ਮਾਇਆ ਮੇਰਾ ਖਿਆਲ ਹੈ ਪੀਨੋ ਅੱਜ ਕੋਈ ਪੱਕਾ ਸਿਗਰਟ ਪੀ ਬੈਠੀ ਹੈ ਆਮਦ ਨਹੀਂ ਹੋ ਰਹੀ ਕੋਈ ਗੱਲ ਨਹੀਂ ਇਸਕੇ ਬਾਅਦ ਆਪ ਦੋਨੋਂ ਕਾ ਖੁਸ਼ੀ ਮੈਂ ਗਾਣਾ ਆਏਗਾ ਹਾਂ ਮਤਲਬ ਲਾਈਕ ਜੈਸੇ ਹਮ ਪੁਰਾਣੇ ਗਾਣੇ ਕਰਤੇ ਥੇ ਮੈਂ ਚੜੀ ਚੁਬਾਰੇ ਇਸ਼ਕ ਦੇ ਇਸਕੇ ਬਾਅਦ ਹਮ ਦਿਖਾਏਂਗੇ ਕਿ ਆਪਕੀ ਸ਼ਾਦੀ ਹੋ ਗਈ ਹਾਂ ਆਪਕੀ ਸ਼ਾਦੀ ਹੋ ਗਈ ਫਿਰ ਆਪਕੀ ਜ਼ਿੰਦਗੀ ਮੇਂ ਇੱਕ ਟਰਨ ਆਇਆ ਸ਼ਾਦੀ ਕੇ ਉੱਪਰ ਆਪਕੇ ਘਰ ਵਾਲੋ ਨੇ ਆਪਕੀ ਖੁਸ਼ੀ ਮਨਾਨੇ ਕੇ ਲੀਏ ਆਈਟਮ ਸੌਂਗ ਕੀ ਬਹੁਤ ਅੱਛਾ ਥਾ ਮੈਡਮ ਬਸ ਯੇ ਵਾਲਾ ਸਟੈਪ ਨਹੀਂ ਕਰੋ ये क्या था वो सर अपना घरेलू कुड़ी है वह मुंह निकल गया वो बंदा नहीं नहीं मुंह नहीं है हाथों निकल गया जी भाइयो गार्ड का रोल मेरे को करा लो मेहरबानी है ਪਾਗਲ ਤੇ ਨਹੀਂ ਆਇਆ ਤੂੰ ਔਰ ਮੈਂ ਜਵਾਈ ਹੋ ਗਿਆ ਕਿਤੇ ਛੱਡ ਦਿਓ ਤੁਸੀਂ ਮੈਂ ਫੜ ਜਾਵਾਂ ਹਾਂ ਮਿਹਰਬਾਨੀ ਛੱਡਾ ਸਾਹਿਬ ਤੁਸੀਂ ਰਾਣੋ ਪਤਾ ਕੀ ਤੁਹਾਨੂੰ ਪਤਾ ਨਹੀਂ ਕਿ ਬੜੇ ਬੜੇ ਡਾਇਲੌਗ ਬੋਲਾਂਗਾ ਮੈਂ ਫਿਲਮ ਦੇ ਵਿੱਚ ਅਸੀਂ ਨਹੀਂ ਬੁਲਾਣਾ ਡਾਇਲੌਗ ਮਿਹਰਬਾਨੀ ਕੀ ਹਾਲ ਹੈ ਜੀ ਵਾਹ ਵਾਹ ਕੀ ਮੁੱਛੇ ਭਾਈ ਤੁਸੀਂ ਮੇਰੀ ਬਗੜ ਲਈ ਵੇਖੀ ਡਿਸਗਸਟਿੰਗ सर आपकी जिंदगी में वो लम्हा आ गया हाँ जब आपको फिल्म मिल गई ओके अब फिल्म मिली है आपने फिल्म लिखी है उसके बाद फिल्म साज आपके घर आया हाँ फिल्म साज आपके घर आया जो मौजूदा वक्त की हीरोइन है उसने जवाब दे दिया अब आपको उसने मशवरा दिया कि आप दोनों ने लव की शादी की है हाँ। तो आप दोनों ये रोल करो वाह अब आप दोनों जो है उस फिल्म के अंदर रोल कर रहे हैं मियां बीवी का फिल्म जो है वो बहुत हिट हो गई गुड फिल्म जब हिट हो गई है हाँ। उसके बाद आप अपनी जिंदगी को एंजॉय कर रहे हो हाँ। लोग आपसे इंटरव्यू ले रहे हैं राइट ये मुख्तलिफ चैनल्स पे जा रही हैं हाँ। तो अचानक क्या हुआ ये अपने घर आई है आप लोगों को इंटरव्यू दे रहे हो तो आपके पास से गुजरी है हाँ। घर गई है बैग उठाया और बाहर जा रही है आई थिंक इस सीन की कोई ड्रिल हो जाए तो ज्यादा हंसी चाहिए आप मतलब एंजॉय कर रहे हो आपसे लोग पूछ रहे हैं कि कैसे फिल्म लिखी कैसे हो गया साहब बाहर से बीवी आएगी हाँ ये आई फिल्म हिट होने के बाद कमरे में गई इसने अपना बैग उठाया और वापस आई आपके पास से गुजर के जाएगी आप बोलोगे कहाँ जा रही हो कहाँ जा रही हो जहाँ मुझे जाना चाहिए जहाँ मुझे जाना चाहिए क्या मतलब क्या मतलब मतलब समझाना पड़ेगा मतलब सुबह समझाना पड़ेगा दोबारा कोई बात नहीं मतलब समझाना पड़ेगा मतलब समझाना पड़ेगा हाँ तो समझाओ ना ये बैग लेकर कहाँ जा रही हो हाँ तो समझाओ ना ये बैग लेके कहाँ जा रही हो मुझे अब यहाँ नहीं रहना मुझे अब यहाँ नहीं रहना फिल्म खत्म हो गई है फिल्म खत्म हो गई है स्वीट हार्ट तुम्हारी फिल्म खत्म हुई है मेरी तो अभी शुरू हुई है तुम्हारी फिल्म खत्म हुई है मेरी तो अभी शुरू हुई है क्या मजाक है यार क्या मजाक है यार ये मजाक नहीं हकीकत है ये मजाक नहीं हकीकत है मेरे कुछ ख्वाब है मेरे कुछ ख्वाब है मेरे अरमान है मेरे अरमान है मुझे उन्हें पूरा करना है मुझे उन्हें पूरा करना है मैं इस गंदगी के ढेर में नहीं रह सकती मैं इस गंदगी के ढेर में नहीं रह सकती मैं ऊंची उड़ान का परिंदा हूँ मैं ऊंची उड़ान का परिंदा हूँ छोटे से पिंजरे में मेरा दम घुटता है छोटे से परिंदा अच्छा हाथ ना नहीं बनाना वैसे ही कहना छोटे से परिंदे पिंजरे में ऐसी करके बिल्ली मानो छोटे से पिंजरे में मेरा दम घुटता है हाँ क्या कर रही हो क्या कर रही हो तुमने तो मेरे साथ जीने मरने के वादे किए हैं तुमने तो मेरे साथ जीने मरने के वादे किए बंद करो ये फिल्मी बातें बंद वो कहेगी तेहू है कहेगा उन्होंने तो किया ही नहीं कुछ बोलो बंद करो ये फिल्मी बातें बंद करो ये फिल्मी बातें बुरी लगती है तुम्हारी आवाज बुरी लगती है तुम्हारी आवाज मुझे छोड़कर जा रही हो मुझे छोड़कर जा रही हो हाँ, जा रही ते बाहर नु जाई दे अंदर कौन जाना है ये दिन मुंह बाहर नु दी है वो तो घर छड़ के जाना ते मुंह बाहर रल करी दी है मैं जा रही हूं घर कोई ना लुलिया मैं जा रहा हूं वो जा रही है यार उसको समझाओ तुम भी रोक सकते हो किससे किससे प्यार करती हो किससे प्यार करती हो अभी दिखाती हूं अभी दिखाती हूं मलिक साहब मलिक साहब फिल्म साज आया जी कि मैं हूं मैं हूं
आओ बनी गाला चलते हैं। हीरो हट होकर गिरा यहाँ पर कट हो जाएगा। हीरो हीरो दाद ले लो बिस्मिल्लाह। वो निगार ये बताएं कि डेट्स जो है वो आपके सेक्रेटरी से डन करनी है और आपने अपनी फिल्म का जो मुआवजा है वो भी डन कर। डेफिनेटली जो डेट्स है वो मेरा सेक्रेटरी ही डन करेगा। ओके मुआवजा जो है वो मैं आपको बता रही हूं। बताएं 40 लाख रुपए लूंगी मैं आपसे। हैं 40 लाख जिन्ना ਸਾਡੇ ਕੋਲੋਂ ਪਹਿਲੇ ਲੈਂਦੇ ਸੋ ਉਹ ਹੀ ਲਵੋ। ਮਲਿਕ ਸਾਹਿਬ ਇਹ ਕਿੰਨੀ ਜ਼ਿਆਦਾ ਇਸ ਤਰ੍ਹਾਂ ਜ਼ਿਆਦਾ ਹੋ ਜਾਂਗੇ। ਮੈਂ ਤਾਂ 40 ਲੱਖ ਚਲੇ ਚਲੇ ਠੀਕ ਹੈ ਮੇਰਾ ਸੈਕਟਰੀ ਆਪਕੋ ਫੋਨ ਕਰ ਦੇਗਾ। ਵੈਸੇ ਵੀ ਮੈਨੂੰ ਫਿਲਮ ਦਾ ਕੋਈ ਸਕ੍ਰਿਪਟ ਅੱਛਾ ਨਹੀਂ ਲਗਾ ਅਗਰ ਆਪਕੋ ਫਿਲਮ ਆਨੀ ਤਾਂ ਠੀਕ ਹੈ ਵਰਨਾ ਮੈਨੂੰ ਵੀ ਕੋਈ ਸ਼ੌਕ ਨਹੀਂ ਐਸੀ ਫਿਲਮ ਕਰਨੇ ਦਾ। ਹਾਂ ਘਰ ਹੀ ਬੈਠੀ ਰਹਿੰਦੀ। ਅੱਛਾ ਮੇਰੀ ਗੱਲ ਸੁਣੋ ਐ ਤੇ ਜਿਹੜਾ ਫਿਲਮ ਦਾ 40 ਲੱਖ ਰੁਪਇਆ ਲੈ ਰਹੇ ਨੇ ਤੇ ਮੈਂ ਆਈਟਮ ਸੌਂਗ ਦਾ 20 ਲੱਖ ਤਾਂ ਬਣਦਾ ਹੈ। क्या हो गया आपको मिठू साहब? मैं पुराना फिल्म साज हूँ। जब कोई फिल्म कोई सब्जेक्ट सोचता हूँ तो मेरे यहाँ सब कुछ होता है। अब क्या है आप फिल्म की हीरोइन तो हमारे पास है। कहाँ? भाभी इसको तो बिल्कुल नहीं ये काम आता। कट्स देखें। नहीं सर। एक्सप्रेशन। नहीं नहीं भाभी आप बहुत अच्छा रोल करेंगी। नहीं सर मैं नहीं कर सकी मैंनू बंदियां कोलो शर्म आंदी है। पहले पहले आएगी फिर आप आती हो जाएंगी। नहीं सर जानू देखो मैं कभी कुछ नहीं 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 वो मेरे पास से कपड़े भी लोग फ्रेश चेहरा देखना चाहते हैं। मेरा ख्याल है आइए और चलते हैं। ऑल द बेस्ट ऑल द बेस्ट भाभी ऑल द बेस्ट गुड लक। ओ गुड लक तू किथे आया कॉन्फिडेंस चार पांच दिन रह गए बस सबर कर लो टोरी जाएगा बच्चा है। मेरा पता नहीं बड़ा भरा सी पता नहीं। अच्छा अच्छा सवेर तो मैं गंदे इशारे करी जा रहे क्यों कर रहे हो? मैं नहा के निकलिया ठंड लग रही थी। ठंड लग रही गंदे इशारे कर रहे मैं फाड़े नू है ए की छितर ले ਐ ਭੈਣ ਖੁਸਾ ਹੈ ਇਹਨੂੰ ਬੱਚਾ ਬਰਦਾਸ਼ਤ ਕਰਨੇ ਆ ਬੇਟੇ ਮੇਰੇ ਵੱਡੇ ਭਰਾ ਨੂੰ ਤੂੰ ਹੱਥ ਲਾਇਆ ਮੈਂ ਤੇਰੀ ਜਵਾਈ ਨੂੰ ਮਾਰ ਰਿਹਾ ਬੱਚਿਆ ਬੱਚਿਆ ਮੈਨੂੰ ਮਾਰਨ ਦੇ ਬੱਚਿਆ ਮਾਰ ਰਹੇ ਨੇ ਮੇਰੀ ਮੇਰੀ ਕੁੜੀ ਨੂੰ ਬਾਜੀ ਅੱਛਾ ਬਾਜੀ ਪਾਕਿਸਤਾਨ ਚ ਮੈਂ ਹੀ ਆ ਤੁਹਾਡੀ ਕੁੜੀ ਨੂੰ ਜਿਹੜਾ ਬਾਜੀ ਕਹਿੰਦਾ ਕੀ ਹੋਇਆ ਕਿਉਂ ਮਾਰ ਰਹੇ ਹੋ ਬੱਚਿਆ ਨੂੰ ਲਾਣੇ ਤੇਰੀ ਸ਼ਾਦੀ ਤੇ ਇਹਨੂੰ ਲੈ ਕੇ ਆਈ ਹੈ ਜਿਹਨੇ ਮਾਰ ਮਾਰ ਕੇ ਸਾਡੇ ਛੋਡੇ ਲਾਤੇ ਨੇ ਔਰ ਚਲੋ ਮੇਰੀ ਬਿਸਤੀ ਤੇ ਕਰੇ ਔਰ ਮੇਰੇ ਪਿਓ ਵਰਗੇ ਭਰਾ ਨੂੰ ਵੀ ਚੁੱਤਰ ਮਾਰੇ ਨੇ ਬਾਜੀ ਮਾਰੇ ਨੇ ਤੂੰ ਮਾਰੇ ਕਿਉਂ ਮਾਰੇ ਨੇ ਕਿਹੜੀ ਵਜ੍ਹਾ ਤੁਹਾਰੇ ਤੋਂ ਸ਼ਰਮ ਨਹੀਂ ਆਂਦੀ ਤੇਰੀ ਮੈਂ ਕਿੰਨੀ ਇੱਜ਼ਤ ਬਣਾਈ ਇੱਥੇ ਇਸ ਕਾਰ ਦੇ ਵਿੱਚ ਤੇ ਤੂੰ ਮੇਰੀ ਸਾਰੀ ਇੱਜ਼ਤ ਨਹੀਂ ਬਣਾਈ ਤੈਨੂੰ ਸ਼ਰਮ ਆਣੀ ਚਾਹੀਦੀ ਬਾਜੀ ਇਹ ਵੇਲਾ ਹੁਣ ਮੈਨੂੰ ਤੂੰ ਮਾਰ ਰਿਹਾ ਓ ਬਾਜੀ ਤੂੰ ਬਾਜੀ ਕਹੀ ਜਾ ਰਿਹਾ ਹੁਣ ਤਲਾਕ ਦੇਣੀ ਤੁਹਾਡੀ ਕੁੜੀ ਨੂੰ ਤੁਸੀਂ ਮੈਨੂੰ ਮਾਰਿਆ ਹੈਗਾ ਜਿਹੜੀ ਕੱਲ ਦੇਣੀ ਹੈ ਨਾ ਹੁਣ ਹੀ ਦੇ ਹੁਣੇ ਹੀ ਦੇ ਤਲਾਕ ਅੱਛਾ ਤਲਾਕ ਹੀ ਤੈਨੂੰ ਦੂਜੀ ਵੀ ਦੇ ਦੂਜੀ ਵੀ ਦੇ ਦੂਜੀ ਮੈਂ ਤੈਨੂੰ ਦੇਣੀ ਹੈ सारी मोहब्बत भुल गई है तू जानू ओदो जो हथा जत पा के कहनी सी के तू मेरा शेख रशीद मैं तेरी हरीम शाह चलो अंदर चलिए संदल खटक संदल खटक। एक साल बाद अस्सलाम वालेकुम नाज़रीन आज मौजूद है अनवर दुखी साहब।
साहब के घर में अनवर दुखी जिसकी फिल्म बहुत हिट हो चुकी है, अनवर दुखी से पूछेंगे कि ऐसी कौन सी लाइन थी या ऐसा कौन सा बिकरा था जिसने मार्केट में आते ही छक्के छुड़ा दी बाकी सब राइटरों के। अस्सलाम वालेकुम सर। वालेकुम अस्सलाम। सर आपकी फिल्म जो कि हिट हो चुकी है, सर ये आपने फिल्म सोची कैसे? सर ऐसे सर मेरे कहने का मतलब सर ये आपने फिल्म लिखी कैसे थी? सर जैसे लिखते हैं सारे। अच्छा सर ये लाइन कैसे आई? सर ये अल्लाह देता है, आदमी के बस की बात थोड़ी होती है। तो सर ये दोबारा भी यही काम करेंगे? ऑब्वियसली मेरा यही काम है तो मुझे यही करना है। ओ भाभी हाँ वो तो एक इंसिडेंट है। अभी आई गया असल में भाभी जी। सर ये अभी आप तंग ना कीजिए सर, थोड़ा सा चैनल से थक के आइए, थोड़ा सा बाद में फिर बात करते हैं। ठीक है, थैंक यू सर, मैं बात कर लूंगा। कहाँ जा रही? जिथे मैनू जाना चाहिए सी। क्या मतलब? हूं तेन मतलब ही समझाना पेगा। ओहो बस मैं जा रही हूँ, मैं रोकना। फिल्म खत्म हो गई मैडम। तेरी फिल्म खत्म हो गई, मेरी तो ये शुरू हो गई। तू बोल रही है इस तरह की लाइनें? हाँ हूं मैं लाइना भी ना बोला, मैं फिल्म स्टार हाँ, सुपर स्टार हाँ, मैनू हर बंदा जानने लग पे तेरा की हाल है। हूं मैं छोटे जे पिंजरे च रहांगी? ना 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 ना, हूं मेरे को बंगले होंगे, गड्डियां होंगियां, बैंक बैलेंस होएगा, पैसा होएगा, सब कुछ होएगा, तेरा की ख्याल है? मैं कूड़े च रहांगी? सोची भी ना। बस तूने तो मेरे साथ जीने मरने की कसमें खाई थी। कीता सी ना, ओहो इतने पता नहीं दिमाग खराब कर रहे मेरा। बस कौन है वो दसना पेगा? हाँ? मलिक साहब अंदर आ जाओ। Well done, Mr. Anwar, well done. भी क्या फिल्म लिखी है तुमने? क्या फिल्म लिखी है तुमने? बहुत खुशकिस्मत हो, जो लिखते हो वो तुम्हारे आगे आ जाता है। मगर मुझे एक बात की खुशी है और एक बात का दुख। खुशी इस बात की कि तुम्हारी फिल्म हिट हो गई, तुम पाकिस्तान के नामवर राइटर बन गए, दौलत गाड़ियां तुम्हारे आगे पीछे हैं। और दुख इस बात का कि तुम्हारा छोटा सा घर किरची किरची हो गया। आइए साहब चल रहे। मुबारक हो सर आपको। मुझे भी एक बात की बहुत खुशी और एक बात का बहुत दुख है। हाँ बोलो। खुशी इस बात की कि आपको जो चाहिए था मिल गया, और दुख इस बात का आप नाली की ईंट अपने बंगले के माथे पर लगाने जा रहे हैं। ਪੱਠੀ ਵਿੱਚ
चुन चुन के हीरे साड़ दे। अगर तू हिम्मत हार गया तो बाकी राइटर का की बनेगा यार, हौसला रख। वो चलेगी ये, वो जान वाली सी, उन्हें जाना ही सी। असी 100-100 पा के खुसरा लैन ले।